ਮੀਆਂ ਸਰਾਜ ਦੀਨ ਕਿਸੇ ਤਾਰਫ ਦੇ ਮੁਤਾਜ ਨਹੀਂ। ਇਹਨਾਂ ਦੀ ਸ਼ਖਸੀਅਤ ਤੇ ਨੇਕ ਪਾਕ ਕਰਦਾਰ ਸਾਰੇ ਸ਼ਹਿਰ ਦੇ ਸਾਹਮਣੇ ਵੇ। ਸਾਡੇ ਮਹਿਕਮੇ ਦੇ ਉਹ ਪੁਲਿਸ ਵਾਲੇ ਜਿਹੜੇ ਫਰਜ਼ ਦੀ ਰਾਹ 'ਚ ਆਪਣੀਆਂ ਜਾਨਾਂ ਕੁਰਬਾਨ ਕਰ ਚੁੱਕੇ ਨੇ, ਮੀਆਂ ਸਾਹਿਬ ਨੇ ਹਮੇਸ਼ਾ ਉਹਨਾਂ ਦੇ ਬੀਵੀ ਬੱਚਿਆਂ ਦੀ ਅਮਦਾਦ ਕੀਤੀ ਹੈ, ਔਰ ਅੱਜ ਵੀ ਮੀਆਂ ਸਾਹਿਬ ਨੇ ਉਹਨਾਂ ਦੀ ਯਤੀਮ ਬੱਚਿਆਂ ਲਈ 10 ਲੱਖ ਰੁਪਇਆ ਬਤੌਰੇ ਚੰਦਾ ਦਿੱਤਾ ਹੈ। ਮੈਂ ਵੀ ਮੀਆਂ ਸਰਾਜਦੀਨ ਸਾਹਿਬ ਦਾ ਸ਼ੁਕਰੀਆ ਅਦਾ ਕਰਨਾ ਵਾਂ ਕਿ ਇਹਨਾਂ ਨੇ ਸਾਡੇ ਹਸਪਤਾਲ ਵਿੱਚ ਬਿਮਾਰ ਤੇ ਗਰੀਬ ਮਰੀਜ਼ਾਂ ਲਈ ਇੱਕ ਵਾਰਡ ਬਣਾਉਣ ਦਾ ਐਲਾਨ ਕੀਤਾ ਹੈ। ਮੀਆਂ ਸਰਾਜਦੀਨ ਜ਼ਿੰਦਾਬਾਦ! ਮੀਆਂ ਸਰਾਜਦੀਨ ਜ਼ਿੰਦਾਬਾਦ! ਮੀਆਂ ਸਰਾਜਦੀਨ ਜ਼ਿੰਦਾਬਾਦ! ਦੋਸਤੋ, ਤੁਸੀਂ ਮੇਰੇ ਲਈ ਜ਼ਿੰਦਾਬਾਦ ਦੇ ਨਾਰੇ ਤੇ ਤਾਲੀਆਂ ਨਾ ਬਚਾਓ, ਬਲਕਿ ਖੁਦਾਵੰਦ ਕਰੀਮ ਦੇ ਅੱਗੇ ਦੁਆ ਕਰੋ ਕਿ ਮੈਂ ਇਸ ਤੋਂ ਵੀ ਜ਼ਿਆਦਾ ਨੇਕ ਕੰਮ ਕਰਾਂ। ਹੁਣ ਮੈਨੂੰ ਇਜਾਜ਼ਤ ਦਿਓ, ਇਸ ਲਈ ਕਿ ਮੈਂ ਯਤੀਮਖਾਨੇ ਜਾ ਕੇ ਯਤੀਮ ਬੱਚਿਆਂ ਨੂੰ ਕੁਝ ਹਕੀਰ ਤੋਹਫੇ ਪੇਸ਼ ਕਰਨਾ ਚਾਹੁੰਦਾ। ਤਸ਼ਰੀਫ ਲੈ ਚਲੋ ਮੀਆਂ ਸਾਹਿਬ। ਹੈਲੋ, ਮੀਆਂ ਤਾਜ ਬੋਲ ਰਿਹਾ। ਵਾਲੇਕੁਮ ਅਸਲਾਮ। ਕੀ ਕਿਹਾ? ਅੱਛੂ ਮੁਖਬਰ ਨੇ ਸਾਡੇ ਅਸਲੇ ਦੇ ਗੋਦਾਮ ਦੀ ਮੁਖਬਰੀ ਕੀਤੀ ਏ। ਘਬਰਾਉਣ ਦੀ ਕੋਈ ਲੋੜ ਨਹੀਂ, ਜਿੰਨੀ ਛੇਤੀ ਹੋ ਸਕੇ ਮਾਲ ਦੂਜੇ ਗੋਦਾਮ ਵਿੱਚ ਪਹੁੰਚਾ ਦਿਓ। ਅੱਛੂ ਨੂੰ ਲੀਡਰ ਬਣਨ ਦਾ ਬੜਾ ਹੀ ਸ਼ੌਕ ਏ ਤੇ ਹਰ ਲੀਡਰ ਦੇ ਨਸੀਬ ਵਿੱਚ ਜੇਲ੍ਹ ਦਾ ਬਸੇਰਾ ਤੇ ਕਬਰ ਦਾ ਹਨੇਰਾ ਹੁੰਦਾ ਹੈ, ਤੇ ਅੱਜ ਅੱਛੂ ਨੂੰ ਮੈਂ ਦਿਨ ਦੇ ਚਾਨਣ ਵਿੱਚ ਕਬਰਦਾਰੇ ਰਵਾਂਗਾ। ਇੰਜ ਲੱਗਦਾ ਹੈ ਸਾਡੇ ਪੁਰਾਣੇ ਦੁਸ਼ਮਣ ਅੱਛੂ ਨੇ ਕੋਈ ਨਵਾਂ ਵਾਰ ਕੀਤਾ ਹੈ। ਹਾਂ ਲਾਲਾ, ਪਹਿਲੇ ਵੀ ਅੱਛੂ ਦੀ ਗਵਾਹੀ ਦੀ ਵਜ੍ਹਾ ਨਾਲ ਸਾਡੇ ਭਰਾ ਸ਼ੇਰਦਿਲ ਨੂੰ ਗੋਲੀ ਦਾ ਆਰਡਰ ਹੋਇਆ ਸੀ ਤੇ ਉਹ ਮੁਲਕ ਛੱਡ ਕੇ ਚਲਾ ਗਿਆ ਹੈ, ਤੇ ਅੱਜ ਫਿਰ ਅੱਛੂ ਨੇ ਸਾਡੀ ਮੁਖਬਰੀ ਕੀਤੀ ਹੈ। ਪਰ ਹੁਣ ਅਸੀਂ ਮੁਲਕ ਨਹੀਂ ਛੱਡਾਂਗੇ, ਅੱਛੂ ਨੂੰ ਦੁਨੀਆ ਛੱਡਣੀ ਪੈ ਗਈ। ਤੂੰ ਬਿਲਕੁਲ ਠੀਕ ਕਹਿ ਰਿਹਾ ਤਾਜ, ਪਰ ਮੇਰਾ ਉਸੂਲ ਹੈ ਕਿ ਤਾਕਤ ਵਾਲੇ ਦੁਸ਼ਮਣ ਨੂੰ ਸਿਆਸਤ ਨਾਲ ਤੇ ਸਿਆਸਤ ਵਾਲੇ ਦੁਸ਼ਮਣ ਨੂੰ ਤਾਕਤ ਨਾਲ ਮਾਰਨਾ ਚਾਹੀਦਾ ਹੈ। ਕੀ ਮਤਲਬ? ਅੱਛੂ ਨੂੰ ਪਹਿਲੀ ਗੋਲੀ ਬੱਬੂ ਮਾਰੇਗਾ ਤੇ ਦੂਜੀ ਗੋਲੀ ਕਮਾਲਾ ਮਾਰੇਗਾ ਤੇ ਤੀਜੀ ਗੋਲੀ ਤਿੱਤੂ ਮਾਰੇਗਾ ਤੇ ਚੌਥੀ ਗੋਲੀ ਚੱਕੂ ਮਾਰੇਗਾ। ਐ ਮੰਜੀ ਤੇ ਕਿਨੂੰ ਪਾ ਕੇ ਲਾਇਓ ਮੇਰੇ ਘਰ? ਐ ਤੇਰੇ ਪੁੱਤਰ ਅੱਛੂ ਦੀ ਲਾਸ਼ ਹੈ ਭੈਣਾ। ਅੱਛੂ ਦੀ ਲਾਸ਼? ਨਹੀਂ 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 ਨਹੀਂ, ਮੇਰਾ ਪੁੱਤਰਾ ਨਹੀਂ, ਮੇਰਾ ਅੱਛੂ ਨਹੀਂ ਮਰ ਸਕਦਾ। ਮੈਨੂੰ ਕੋ ਮੈਂ ਮੈਨੂੰ ਲੁੱਟੀ ਗਈ ਜੇ ਜ਼ਾਲਮ ਮੌਤ ਨੇ ਮੇਰੇ ਕੋਲੋਂ ਮੇਰਾ ਜਵਾਨ ਪੁੱਤਰ ਖੋ ਲਿਆ। ਮੌਤ ਸਦਕੇ ਮਾਰੀ ਜਾਏ, ਮੈਂ ਤੈਨੂੰ ਕਿਤੇ ਨਜ਼ਰ ਲੱਗ ਗਈ ਮੇਰੇ ਪੁੱਤਰਾ, ਮੇਰਾ ਬੱਚਾ। ਵੀ ਇਹ ਤੇ ਦੱਸੋ ਮੇਰੇ ਅੱਛੂ ਨੂੰ ਕਿੰਨੇ ਗੋਲੀਆਂ ਮਾਰੀਆਂ ਨੇ? ਧੀਏ, ਇਹਨੂੰ ਮੀਏ ਤਾਜ ਤੇ ਸਰਾਜ ਦੇ ਭਰਾਵਾਂ ਨੇ ਕਤਲ ਕਰ ਦਿੱਤਾ। ਉਹਨਾਂ ਜ਼ਾਲਮਾਂ ਨੇ ਆਪਣੇ ਜ਼ੁਲਮ ਦੀ ਅਖੀਰ ਕਰ ਦਿੱਤੀ ਹੈ ਤੇ ਹੁਣ ਮੇਰੀ ਮਮਤਾ ਇਨਸਾਫ ਮੰਗਣ ਲਈ ਅਖੀਰ ਕਰ ਦੇਗੀ। ਮੈਂ ਆਪਣੇ ਪੁੱਤਰ ਦੀ ਲਾਸ਼ ਲੈ ਕੇ ਗਵਰਨਰ ਜ਼ਰੂਰ ਜਾਵਾਂਗੀ, ਜ਼ਰੂਰ ਜਾਵਾਂਗੀ। ਲਾਲਾ, ਸਾਡੇ ਭਰਾ ਸ਼ੇਰਦਿਲ ਦਾ ਮੁਲਕ ਬਦਰ ਹੋਣਾ ਸਾਡੇ ਲਈ ਬੜੀ ਬੇਇੱਜ਼ਤੀ ਦੀ ਗੱਲ ਹੈ। ਕੋਈ ਇਹੋ ਜਿਹਾ ਰਸਤਾ ਲੱਭ ਕਿ ਸ਼ੇਰਦਿਲ ਕਿਸੇ ਹਿਸਾਬ ਕਿਤਾਬ ਨਾਲ ਵਾਪਸ ਆ ਜਾਏ। ਆਏਗਾ, ਆਏਗਾ, ਜ਼ਰੂਰ ਆਏਗਾ, ਪਰ ਕੁਝ ਵਕਤ ਲੱਗੇਗਾ। ਸ਼ੇਰਦਿਲ ਦਾ ਜੁਰਮ ਐਡਾ ਵੱਡਾ ਹੈ ਕਿ ਮੁਲਕ ਦਾ ਕਾਨੂੰਨ ਉਹਦੀ ਵਾਪਸੀ ਦੀ ਰਾਹ 'ਚ ਬੜਾ ਉੱਚਾ ਪਹਾੜ ਬਣ ਕੇ ਖਲੋਤਾ ਹੋਇਆ ਹੈ। ਪਹਾੜ ਕਿੰਨਾ ਵੀ ਉੱਚਾ ਕਿਉਂ ਨਾ ਹੋਵੇ, ਉਹਦੀ ਚੋਟੀ ਤੱਕ ਪਹੁੰਚਣ ਲਈ ਕੋਈ ਨਾ ਕੋਈ ਰਸਤਾ ਜ਼ਰੂਰ ਹੁੰਦਾ ਹੈ। ਰਸਤਾ ਹੀ ਤੇ ਲੱਭ ਰਿਹਾ ਜਿਸ ਤੇ ਨਜ਼ਰ ਆ ਜਾਏਗਾ
सब अच्छा हो जाएगा। मियां सराज से मियां ताज जिन्हां दा पूरे शहर च राज, दुश्मन ते असी मार दिता है लाला, पर अच्छू दी मां ते पूरे महल्ले वाले अच्छू दे जनाजे दा जुलूस कढ़ के गवर्नर हो जा रहे ने। जुलूस गवर्नर हाउस पहुंच गया फिर काम खराब हो जाएगा। लाला ओ जुलूस गवर्नर हाउस नहीं पहुंचेगा। लुट लैंदे ने दिंदी डाके पैंदे ने रा चलदे नू लुट लैंदे ने। कैसा जमाना आया हर शख्स देखे घबराया है, महफूज किसे दी इज्जत नहीं। बंद करो बदमाशी, बदमाशी बंद करो, बंद करो बदमाशी, बदमाशी बंद करो। हाथां च कलाशन को पाने मरमुक गया शौक किताबां दा, नशियां ने नचोड़े जिस्मों जा होया खून मावां दे बाबां दा। धाच कलाशन को पाने मरमुक गया शौक किताबां दा, नशियां ने नचोड़े जिस मोजा होया मावां दे बाबां दा। क्यों बाग दे माली सौंदे ने क्यों ठीक ना दी नीयत नहीं, महफूज किसे दी इज्जत नहीं। बंद करो बदमाशी, बंद करो बदमाशी, बदमाशी बंद करो। हर चैन न बाहर दुख दिसदा, हर पासे दहशत छाईए, ए कौन समा के करदा किधरों कयामत आईए। हर चैन न बाहर सुख दिसदा, हर पासे दहशत छाईए, ए कौन समा के करदा किधरों कयामत आईए। दस किन्नू गिरे बानो फड़िए, जे जिम्मेदार हुकूमत नहीं, महफूज किसे दी इज्जत नहीं। बंद करो बदमाशी, बदमाशी बंद करो, बंद करो बदमाशी, बदमाशी बंद करो। दस भी जगया किनू मारा आनो। शाह दौला जिन्नू तवे मौला। ओए बेखे जगया कैसा टिच निशाना लग्या। ओ जगया एक की बदतमीजी है। ओ तेनु खेडण दी तमीज सिखाण लई ए बदतमीजी बड़ी जरूरी सी। ओ रोजाना बेईमानी नाल बालां दा माल लुटने तेनु शर्म नहीं आती, टपके निशाना लाने। ओए
मेरी है जुरत। वैसे जगह लग रहा है तू मखौल कर रहा है मेरे नाल। नहीं ओए, मैं मखौल नहीं कर रहा, तनु नसीहत कर रहा। ऐ सारे अखरोट ते जेब दा सारा माल मेरे कदम सुट दे, नहीं ते तेरे आंद्रा कर लांगा। नहीं जगिया मेरे प्यारे प्यारे जगिया, मेरे छोटे जे जगिया, देख ऐ सारे अखरोट ते सारी मेरी पूंजी तेरे हवाले, अल्लाह दा वास्ते छुरी ना मारे। और माल कटे अल्लाह पाक दी कसम, मेरे को कोई पैसा नहीं, मेरे प्यो दी तोबा अखरोट खिड़ा जे। ओ मां ठीक है, मैनू तेरे ते इतबार है, हुण घर वल मुंह करके दौड़ ला दे, जे पीछे मुड़ के तकिया ते मां। नहीं ओए उस्ताद और फूक ना पार, मैं पाटना लाओ गई। उस्ताद ओए तेरा जवाब भरन की बजाय अपने आप ही जवाब भर रहा है, फिर किसे तरह पड़ी। ओए बेवकूफा, तेनु अल्लाह ने दुकान दा मालिक ते बना दिता पर अकल दा मालिक नहीं बनाया। ओए आजकल शराफत दा जमाना नहीं, ताकत दा जमाना है। मेरा जिन तुसा वेख के पेंचर लुआन वाले डबल पैसे मैनु देंगे। बस उस्ताद मैं किसी गाह को वद पैसे नहीं लवांगा, मैनु हलाल दी रोजी चाहिए। मैं गाका नु हलाल करांगा ते हलाल दी रोटी कमावांगा ना बेवकूफ शगिरदा। ओ उस्ताद तेरा सत्यानाश, ओ उस्ताद मेरा बेड़ा गरक, ओ उस्ताद तू मुनु किथे ला रहा है। ओ मेरी गल सुन, मैं जा रहा पिशौर ते कल सुबह तक वापस आ जाऊंगा। तू ए दस लाले यारू दे टायर नु पंचर ला दिता है? पुत्र यारू तू ते जल्दी च नाश्ता भी ढंग दा नहीं करदा, ए ले लस्सी दा गिलास पी ले। ए ते मैं पी लांगा माजी, तुसी सलीम नु जल्दी ना भेजो, मैं उन्हें कल छड़ के ते तंदे ते भी जाना है। सलीम नाश्ता कर रहा बस तैयार ही है। मां जी ए बुरकी फंस गई है, गिलास पानी देना। शुक्रिया। पीनो तू क्या सी, मैं कल तेनु सेविया खवांगी। पकाइया नी? अच्छा ते फिर छेती न लिया, मुंह मिठा करा मेरा। शुक्रिया, ओ थैंक यू वेरी मच, थैंक यू। वाह मजा आ गया भाई, किन्निया मजेदार सेविया ने। जी करता है जिन्ना हथा ने सेविया पकाइया ने, मैं उन्ना हथा नू। हाय मैं मर गई। सेविया कितों आई हैं? माँ जी ओ पीनो ने पकाइया ने, मैं थोड़ी जी तारीफ कर दी है ते शर्मा के दौड़ी गई। पुत्र शर्मा लिया तिया ही करमा लिया हुंदिया ने, तू फिकर ना कर, थोड़े दिनों की गल है। पीनो इस घर ही जा के अपने हथां नाल तैनू सेविया खुआए करेगी। चल आ पुत्र उठ, तेरा वड्डा भरा यारू तैनू उड़ीकदा पिया है। यारू टायर नू पंचर ला दिता है। इस टपनी नू बड़े पंचर लागे ने, लगदा कि नवा टायर खरीदना ही पड़ेगा। यारू तू हर वेले टैक्सी दा कोई ना कोई पुरजा ही ठीक करदा रहना। ओए हर बुड्ढे बंदे दी तरह पुरानी गड्डी नू कोई ना कोई बीमारी लगी ही रहिंदी है। जे मैं खुद को थोड़ा बहुत काम करदा ना जानदा हुंदा ते सारी कमाई मेरी मिस्त्रियां ने खा जानी सी। की समझे? समझ गया वा,
हर ड्राइवर नू हल्का फुल्का मिस्त्री जरूर होना चाहिए तेरे वांगू। शाबाश शाबाश, अज दा इन्ना सबक ही काफी है, बाकी दा कल है। कल तो मैं पिशौर आवांगा ते शाम नू वापस आवांगा। ओए पिशौर की लेने जा रहे हैं? मैं उथे कुछ सामान खरीदना है। ओ जरूर जा, ओ तू पोला पाला बंदा है, बदे से किसदा वसाना खाई नहीं तो लुटिया जाएगा। मैं एडा भी भोला नहीं, अल्लाह पाक की कसमे मैनू अपनी रकम बचाण ते पैसे कमाण दा तरीका बड़ा अच्छा आंदा है। अच्छा यारू खुदा हाफिज़। अच्छा रब राखा। लाला मैनू थोड़ी देर हो गई है, वेरी सॉरी। यार जब तू अपनी अंग्रेजी जबानी साढ़े को माफी मंगना ना तो साड़ी देसी गुस्सा एकदम खत्म हो जाता है। चल बह गड्डी लायक ना हो चंगा माजी, रब राखा। अल्लाह हाफिज़। रब मेरे पुत्रां दी जोड़ी सलामत रखे, इन्हां नूं कदी तत्ती वाह ना लगे। ओके लाला, और कुछ पैसे चाहिए? नहीं नहीं लाला मैनूं जरूरत नहीं। अच्छा झूठ बोल रहा है, अरे 50 रुपया रख ले। लाला तू मेरा कितना ख्याल रखना है? और मैं तेरे तो कोई एहसान नहीं करता, जब तू पढ़ लिख के वड्डा सारा अफसर बन जाएगा ना तो फिर छोटे अफसर तेन सलाम करेंगे, ते ठंड मेरे सीने से पेगी यार। अच्छा लाला मैनू देर हो रही है, खुदा हाफिज। अच्छा खुदा हाफिज। नडे जब तक हम तेल ढलवाते हैं तुम शीशे पे कपड़ा मारो। ओए दबड़ूस खान, ओए तेरे ट्रक इत में लाहौर जाने से की बैठ गए, तू तो मैनू अपना नौकर ही बना लिया। सियाने ने चंगा ही क्या के लालच बुरी चीज होती है, मैं किराया बचाण दी खातिर इस तबड़ूस खान दे हुकम दा गुलाम ही हो गया। तबड़ूस खान तेरा बेड़ा गरक, तबड़ूस खान तेरा खाना खराब, तबड़ूस खान तेनू अल्लाह पुछे। लाला दबड़ूस खान पेट्रोल फेर खत्म हो गई और नहीं, और शीशा मैला हो गई और नहीं नडे, वो सामने होटल जो है ना वो बहुत अच्छा हलवा पूरी बनाते है। ये लो तुम 10 का नोट और गर्मा गर्म हलवा पूरी ले आओ, तुम खुद भी नाश्ता करो और मेरे को भी खिलाओ। आओ बिस्मिल्लाह करें। Thank you.
ओए नेटा, तुम सारे हलवा पूड़ी खा गए? उल्टा चोर कोतवाल नु डांटे हैं, सारा कुछ आप खा गए ते ना मेरे ला रहे हैं। वो हमको बड़ी इमाम का कसम, हमने सिर्फ एक पूड़ी खाए। मैंने भी दादा साहब की कसम है, मैंने एक पूड़ी खा दी है। खान आ खान, चोर पकड़े गए। वो नेटा, चोर पीछे बैठ के सारा हलवा पूड़ी खाते। चलो थले आ। तू थले आना या मैं उते आवा? और मैं कहना थले आए। उतर ओए मस्तंडे, तेरे को ते मैं पूरी दा हिसाब ते मैं बाद इस लवांगा। पहले ऐ दस के तू चल दे ट्रक च, चले किस तरह? ओ जनाब, मैं चल दे ट्रक च नहीं, बल्कि खलोते ट्रक च सवार होया सां। मेरे पीछे कुछ मुंडे लग गए सर, मैं लाहौर जाना है, इस गलों जल्दी तड़े ट्रक सवार हो गया। वो बुलबुल का बच्चा, हम मत कर, चोर चलेगा हमारे साथ, हम कंधों पे बिठा के ले जाएगा। वो चलो हमारे साथ, अगला सीट पे बैठ के हमारा साथ चलो, चलो चलो। आज तू ते पीछे हट, वो तू मत चढ़ो, पहले वो चढ़ेगा। क्या है, मैं कंडे लगे इन्हें? वो बक बक मत कर, छत पर मत चढ़। चला तू तो चढ़ा, चल। आए अदर दे, आए किधर मेरे स्पेयर पार्ट ना चुरा ले। ओ नटे, इंजन गरम हो गया, तुम जरा बाहर से पानी ले आओ। आए दबड़ूस खान, इंजन ही गरम होया ना? बस इंजन ही गरम है। खान, ए तू मैनू किथे ले आया? चिड़िया रुम्बा, ये तो कड़ा कड़ा गाड़ी का इंजन टेढ़ा हो जाएगा, आओ इधर चल। वो डेटा क्यों? हम दोनों ये इधर नेर में ना आएगा। नहीं 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 खान, मैं कपड़ा नहीं लाऊंगा। वो पागल का बच्चा, अगर कपड़ा नहीं उतारेगा तो नहाएगा कैसे? जय गल है ना, ते ठीक है, पहले तू कपड़े ला के ना, मैं बाद इश नावांगा। शाबाश, जे नर का बच्चा है ना। बचाएगा दबड़ूस खान, तेरे जे इंसानों डुब के मर जाना चाहिए। वो मेरे अंदर की सरा पड़ी, वो बच्चे तानू नहर वाले पुल ते बुला के, ओ साडा मुंडा साडे कोल चुरा के, ते दबड़ूस खान किथे रह गया, ओ दबड़ूस खान किथे रह गया। ओ सानू नहर वाले पुल ते बुला के, ओ सानू नहर वाले पुल ते बुला के, ओ साडा मुंडा साडे कोलो चुरा के, ते दबड़ूस खान किथे रह गया। ओए ओए, तू ट्यूब ते बैठ के किथे जा रहे? ओए मैं सोचा सी कि मैं नहरो नहर लाहौर पहुंच जाऊंगा।
ओए, तू इथे कला खलोता है? ओ दबलू खान की थी? उस बद दे पुत्र दी नीयत बुरी हो गई सी। मैं उन्हों नहर बुर्द करता है। ओ जांदा ही तुरिया कोल जड़ा बैंदा सी। ओ ची बचिया! ओ दबलू खान, दा गरक दे, दा पानी दे, दा रुड़े दे। ओ यार तू बड़ा चंगा कीता है। जे तू ना मिलता ते मैं ते किराया बचाण दी खातिर नहरो नहर लाहौर पहुंच जाना सी। हुण तैनू नहरो नहर लाहौर जाण दी कोई जरूरत नहीं। हुण जिथे भी जावांगे, जिस तरह भी जावांगे, कट्ठे जावांगे। ओए बिल्कुल ठीक क्या ही, एक कला ते दो यारा, यारा नाल बहारा ते तैनू लाहौर जाके चबुरजी ते मारा चला। आ जा सलामुअलैकुम बुजुर्गो। वालेकुम असलाम बुजुर्गो। एथों लाहौर होर किन्नी दूर है? कोई दूर नहीं, एवें थोड़ा जा टुरोगे ना ते अगे रावी दा पुल आ जाएगा, पुल टपोगे ते लाहौर शुरू हो जाएगा। तुसी लाहौर जाना पुत्र हो? आहो बुजुर्गो। तो फिर इंज कर, ऐ मज खरीद के ले जा, फायदे च रहेगा। ओ किस तरह चाचा जी? वो इस तरह के मैं मज बड़ी सस्ती वेच के अपने शहर जाना चाहना। मसलन चाचा जी किन्ने दी बेचना चाहते हो? वो 2000 रुपये दी। हैं? 2000? सौदा ते वाकई बड़ा सस्ता है। ओ मैं 2000 रुपये विच मज दे नाल कंबल भी दे देंगा। अब्दुल मज खरीद ले, इस कारोबार फायदा ही फायदा है। पर यार मेरे कोल ते 1010 रुपये। 1000 रुपया मरण जोड़ मैं भी रखे है। ऐले फड़ 1000 रुपया। अच्छा रब राखा। रब राखा। रब राखा। आ जा ना शर्मा, आ जा अपने घर। नूर बाबू, ऐ अपना गरीब खाना कैसा है? बहुत अच्छा है, सिर चमाली बुरा नहीं है, लेकिन मैंनु ऐसे छाने कटते गरीबी बहुत ही नजर आती है। ओ काका बल्ली, ए गरीब खाना है, कोई कोठी खाना निंगा। कोठी खाना? ओ क्यों होता है? ओ नडिया, तू तो पिशोरों है, कोठी खाने का पता निंगा। की मतलब? ओए गल वे यार कि ए उस्ताद है, उस्ताद है रुस्तम, जिदियां सियाणियां गल्लां साडे वर्गे अनजान बंदे दी समझ च नहीं आंदियां। क्यों उस्ताद? ठीक है पत्थर उते लीक है, मुंडा बराबरी के किसे अच्छे वेले दी उडीक है, आज की तरीक है? ओए तरीक बरीक नू छाड़ उस्ताद, एक कंबल है ते एक मजे ते पाई वाला सी दो। अच्छा कंबल ते मज दा अद्दा दा हिस्सा किस तरह होवेगा? अच्छा अच्छा मतलब एक मजे ते कंबल दा चक्कर है, है? मन जरा सोचन दियो। ओहो ऐ केड़ा औखा कम है, इना दोवां दी वंड मैं पा देना वा। अच्छा ते कर वंड, पर इंसाफ तो करी। ठीक है मजद अगला हिस्सा तेरा ते पिछला हिस्सा मेरा, कंबल दिन नू तेरा ते रात नू मेरा। हैं? तेरा? उस्ताद यार एदे च मेरा कोई नुकसान ते नहीं है? ओ नहीं, ओ तेनू ते फायदा ही फायदा है। ओए मजदा अगला मुंह मथा ते दंद तेरा ते पिछला गंद तेरा, तू गंद चुकदा फिरी। मेरे मंजूर है, माजनू दिनू पटे तो पाएगा, ते पिछले से दस जिम्मा मेरा। अन्ने हाथ बटेरा, उनकी ख्याल है तेरा। ठीक है मैनू मजदा अगला हिस्सा कबूल है, कबूल है, कबूल। चुप होए, जे तू तीजी बारी कबूल है कहंदो ते तेरा निकाह मज नाल हो जाना सी।
ਓਏ ਤੇਰਾ ਭਲਾ ਹੋਵੇ ਉਸਤਾਦ, ਬੜਾ ਵੇਲੇ ਸਿਰ ਦੱਸਿਆ ਈ, ਨਹੀਂ ਤੇ ਮੈਂ ਮਾਰਿਆ ਜਾਣਾ ਸੀ ਮੱਝ ਦੇ ਹੱਥੋਂ। ਠੀਕ ਏ, ਪਰ ਇਹ ਐਗਰੀਮੈਂਟ ਜ਼ਬਾਨੀ ਨਹੀਂ, ਕਾਗਜ਼ ਤੇ ਲਿਖ ਕੇ ਆਉਣਾ। ਠੀਕ ਏ, ਤੁਸੀਂ ਮੱਝ ਦੇ ਆਪਣੇ ਆਪਣੇ ਹਿੱਸੇ ਨੂੰ ਗੌਰ ਨਾਲ ਵੇਖੋ ਤੇ ਮੈਂ ਅੰਦਰੋਂ ਕਾਗਜ਼ ਤੇ ਐਗਰੀਮੈਂਟ ਲਿਖ ਕੇ ਲਿਆਉਣਾ। ਨੂਰ ਬਾਬੂ, ਇੱਕ ਅੱਧਾ ਕਿਲੋ ਦੁੱਧ ਮੈਨੂੰ ਮਿਲ। ਪੈਸੇ? ਪੈਸੇ? ਓਏ ਕਾਹਦੇ ਪੈਸੇ? ਓਏ ਅੱਧੀ ਮੱਝ ਦਾ ਮਾਲਕ ਤੇ ਮੈਂ ਵੀ ਹਾਂ, ਮੇਰਾ ਹੱਕ ਏ। ਤੂੰ ਅਗਲੇ ਹਿੱਸੇ ਦਾ ਮਾਲਕ ਹੈ ਤੇ ਦੁੱਧ ਪਿਛਲੇ ਹਿੱਸੇ ਚੋਂ ਨਿਕਲਦਾ ਹੈ ਜਿਹੜਾ ਕਿ ਮੇਰਾ ਹਿੱਸਾ ਹੈ। ਇਹਦਾ ਮਤਲਬ ਹੈ ਕਿ ਮੈਂ ਆਪਣੀ ਮੱਝ ਦੇ ਦੁੱਧ ਦਾ ਇੱਕ ਘੁੱਟ ਵੀ ਨਹੀਂ ਪੀ ਸਕਦਾ? ਤੂੰ ਪੀ ਸਕਦਾ ਹੈ, ਪਰ ਦੁੱਧ ਨਹੀਂ ਸਬਰ ਦਾ ਘੁੱਟ। ਘੁੱਟ ਪੀ ਸਕਣਾ? ਵਾਹ ਉਸਤਾਦ ਵਾਹ, ਉਸਤਾਦ ਤੇਰਾ ਖਾਣਾ ਖਰਾਬ, ਉਸਤਾਦ ਤੇਰਾ ਬੇੜਾ ਗਰਕ, ਉਸਤਾਦ ਤੂੰ ਗਰਕ ਹੋਵੇ, ਉਸਤਾਦ ਤੂੰ ਮਰੇ। ਅੱਲਾ ਮੀਆਂ, ਐਦਾ ਦੁੱਧ ਸੁੱਕ ਨਹੀਂ ਸਕਦਾ। ਆ ਜਾ ਬਈ, ਸਸਤਾ ਲਾਤਾ ਦੇ ਅਸਲੀ ਦੁੱਧ, ਪੰਜ ਰੁਪਏ ਸੇਰ, ਪੰਜ ਰੁਪਏ ਸੇਰ। ਨੂਰੇ ਮੇਰਾ ਨਾਂ, ਨੂਰ ਵੇਚਣਾ, ਮੱਝ ਮੇਰੀ ਨਸਲੀ, ਲੋਕੀ ਵੇਚਣ ਪਾਊਡਰ ਦਾ ਦੁੱਧ, ਮੇਰਾ ਦੁੱਧ ਏ ਅਸਲੀ, ਸੱਚਾ ਸੁੱਚਾ ਮੈਂ ਸੌਦਾ ਵੇਚਾਂ। ਮੇਰੇ ਸਿਰ ਤੇ ਰੱਬ ਦੀ ਰਹਿਮਤ, ਜਿਹੜਾ ਪਾਵੇ ਦੁੱਧ ਚ ਪਾਣੀ ਉਹਦੇ ਤੇ ਰੱਬ ਦੀ ਲਾਨਤ। ਵੀ ਮੁੰਡਿਆ, ਇਹਦੇ ਚ ਦੋ ਸਿਰ ਦੁੱਧ ਪਾ ਦੇ। ਮਾਸ਼ਾਲਾ, ਦੁੱਧ ਵੀ ਸੋਹਣਾ ਤੇ ਗਾਹਕ ਵੀ ਸੋਹਣਾ। ਮੁੰਡਾ ਤੇ ਤੁਸੀਂ ਪਟਾਖੇ ਲੱਗਣਾ, ਪਰ ਇੱਕ ਗੱਲ ਦਾ ਖਿਆਲ ਰੱਖੀ, ਇੱਥੇ ਜਦ ਬਕ ਬਕ ਨਾ ਕਰੀ, ਅਸ਼ਰੀਫਾਂ ਦਾ ਮੱਲਾ ਹੈ। ਉਸੇ ਚ ਹੋਰ ਵੀ ਸੋਹਣੀ ਲੱਗਣੀ ਹੈ ਸੋਹਣੀਏ। ਪਹਿਲੇ ਫਿਰ 10 ਰੁਪਏ ਤੇ ਦੁੱਧ ਦੇ, ਦੁੱਧ ਵੇਚਣਾ ਹੀ ਤੇ ਗਾਹਕ ਨਾਲ ਗੱਲ ਕਰਨੀ ਵੀ ਸਿੱਖ। ਸਦਕੇ ਜਾਵਾਂ ਸੋਹਣਿਓ, ਦੁੱਧ ਵੀ ਲੈ ਜਾਓ ਤੇ ਨਾਲ ਪੈਸੇ ਵੀ ਲੈ ਜਾਓ। ਅਸੀਂ ਸੋਹਣੀਆਂ ਸੂਰਤਾਂ ਨਾਲ ਪਿਆਰ ਕਰਨੇ ਆ, ਵਪਾਰ ਨਹੀਂ ਕਰਦੇ। ਓਏ ਕਿਸੇ ਮਜਨੂੰ ਦੀ ਔਲਾਦ, ਇਨਸਾਨ ਦਾ ਪੁੱਤਰ ਬਣ ਕੇ ਦੁੱਧ ਵੇਚ, ਐ ਸ਼ਰੀਫਾ ਦਾ ਮੱਲਾ। ਬਾਊ ਜੀ, ਮੇਰੀ ਮਾਂ ਦਾ ਨਾਮ ਵੀ ਸ਼ਰੀਫਾ ਸੀ ਤੇ ਨਾਲੇ ਮੈਂ ਵੀ ਸ਼ਰੀਫਾ ਦਾ ਧੀ ਪੁੱਤਰ ਹਾਂ। ਇਹ ਕੁੜੀ ਮੇਰੀ ਮਾਂ ਭੈਣ ਲੱਗਦੀ ਏ। ਤੇ ਭੈਣ ਤਾਂ ਕਿਰੋ, ਮਾਂ ਕਿਸੇ ਹੋਰ ਨੂੰ ਬਣਾਈ ਤੇ ਨਾਲੇ ਮੈਂ ਇਹਦੀ ਮੰਗ ਆ, ਇਹਦੇ ਕੋਲੋਂ ਬਚ ਕੇ ਹੀ ਰਹੀ। ਮਾਂ ਜੀ, ਤੁਸੀਂ ਤੇ ਚਾਚਾ ਜੀ ਤਿਆਰ ਹੋ ਕੇ ਇਸ ਵੇਲੇ ਕਿੱਥੇ ਜਾ ਰਹੇ ਹੋ? ਪੁੱਤਰ, ਅੱਜ ਜੁਮੇ ਰਾਤ ਹੈ ਤੇ ਪੀਰਾਂ ਦੀ ਰਾਤ ਹੈ, ਮੈਂ ਤੇ ਤੇਰਾ ਚਾਚਾ ਬਾਬਾ ਸ਼ਾਹ ਜਮਾਲ ਸਲਾਮ ਕਰਨ ਚੱਲੇ ਹਾਂ। ਤੇ ਫਿਰ ਉੱਥੇ ਮੇਰੇ ਲਈ ਵੀ ਦੁਆ ਕਰਨਾ ਕਿ ਮੈਂ BA ਦੇ ਇਮਤਿਹਾਨ ਚੋਂ ਪੂਰੇ ਸੂਬੇ ਚੋਂ ਫਸਟ ਆਵਾਂ। ਚੱਲਿਆ ਪੁੱਤਰਾ, ਮਾਂ ਨੇ ਪੁੱਤਰ ਲਈ ਦੁਆਵਾਂ ਨਹੀਂ ਮੰਗਣੀਆਂ ਤੇ ਹੋਰ ਕਿਤੇ ਨਹੀਂ ਮੰਗਣੀਆਂ ਨੇ। ਇਨਸ਼ਾਅੱਲਾ ਤੇਰੀ ਮਾਂ ਦੀ ਦੁਆ ਜ਼ਰੂਰ ਕਬੂਲ ਹੋਏਗੀ ਤੇ ਪੁੱਤਰ ਤੂੰ BA ਦੇ ਇਮਤਿਹਾਨ ਚ ਜ਼ਰੂਰ ਕਾਮਯਾਬ ਹੋਏਗਾ। ਚੱਲ ਆ ਭੈਣਾ, ਹੁਣ ਚੱਲੀਏ। ਅੱਛਾ ਪੁੱਤਰ ਸਲੀਮ, ਆਪਣੇ ਭਰਾ ਯਾਰੋ ਨੂੰ ਕਹਿ ਦੇ, ਉਹਦੀ ਮੈਂ ਰੋਟੀ ਅਲਮਾਰੀ ਵਿੱਚ ਰੱਖ ਕੇ ਚੱਲੀ ਆ, ਉਹ ਆਵੇ ਤੇ ਆ ਕੇ ਕੱਢ ਕੇ ਖਾ ਲਵੇ। ਹੈਂ? ਅੱਛਾ ਜੀ, ਆ ਜਾ ਭੈਣਾ।
कली घर भी खाली मैं भी कली मेरे नाज सुबेरी ना मरोड़ मुंडिया कच्ची बेरी दे बेर ना तोड़ मुंडिया कच्ची बेरी दे बेर ना तोड़ मुंडिया आया गवांडी घर की तसली घर भी खाली मैं भी कली मेरे नाज सुबेरी ना मरोड़ मुंडिया कच्ची बेरी दे बेर ना तोड़ मुंडिया कच्ची बेरी दे बेर ना तोड़ मुंडिया थोड़े दिन बाद मेरी धी की जान जान वाली है मैं महल वाले की मुंह बखावगी की मुंह बखावगी सिर्फ मैं इना दस दे मासी जूरा जुआ खेडन चाहता कि जगू ऐ जेवर का की सही करना माल ते थोड़ा पर 30,000 सही है कोई अकलू हथ मार पूरे 50,000 का जेवर है भावे लख का हो जे 30,000 लेना ते ला दा तू हमेशा खार दुआन वाली गल करना है खैर कदे साडा भी डोरा निकलेगा ना 10,000 का 10 फुट बई आ छक्का
ਲੱਕੇ ਦੇ ਪੁੱਤਰਾ ਭੈਣ ਦਾ ਸੇਵਰ ਦਾ ਤੇ ਲਾ ਕੇ ਬੜੇ ਬੇਗਰਤ ਵਾਲਾ ਕੰਮ ਕੀਤੀ ਮੇਰੇ ਹੁੰਦਿਆਂ। ਭੈਣ ਮੇਰੀ, ਸੇਵਰ ਮੇਰੀ ਭੈਣ ਦਾ, ਤੇ ਤੂੰ ਰੁਕਣ ਵਾਲਾ ਮੈਨੂੰ ਕੌਣ ਹੁੰਦਾ? ਮੈਂ ਤੇਰਾ ਹਮਸਾਇਆ ਵਾਂ ਤੇ ਹਮਸਾਇਆ ਮਾਪਿਓ ਜਾਇਆ ਹੁੰਦਾ। ਮੇਰਾ ਹਮਸਾਇਆ ਕਰਦੀ ਇੱਜ਼ਤ ਤੇ ਖੈਰਤ ਦਾ ਤੇ ਨਹੀਂ ਲਾ ਸਕਦਾ। ਜਾ ਮੈਂ ਦਿਮਾਗ ਖਰਾਬ ਨਾ ਕਰ, ਅੱਗੇ ਮੈਂ ਕਿਸੇ ਨਾਲ ਦੁਹਾਰਨ ਡਿਆ, ਮੇਰੇ ਮੂੰਹ ਨਾ ਲੱਗੇ ਯਾਰ। ਓਏ ਚੁੱਪ ਕਰਕੇ ਅੱਗੇ ਲੱਗ ਕੇ ਤੁਰ ਪਾ, ਨਹੀਂ ਤਾਂ ਮੈਂ ਤੈਨੂੰ ਇੱਥੋਂ ਟਾਟ ਮਾਰਦਾ ਹੋਇਆ ਲੈ ਕੇ ਜਾਵਾਂਗਾ। ਐਡੀ ਲੁੱਟ ਪਈ ਹੋਈ ਏ, ਲੈ ਮਾਰ ਕੇ ਖਾ ਡਾਂਡ। ਓਏ ਜਿਹੜਾ ਜ਼ੇਵਰ ਇੱਥੇ ਆ ਜਾਏ ਉਹ ਵਾਪਸ ਨਹੀਂ ਗਿਆ। ਓਏ ਤੁਸੀਂ ਭੈਣ ਦਾ ਜ਼ੇਵਰ ਨਹੀਂ ਰੱਖ ਸਕਦੇ ਮੇਰੇ ਆਉਂਦਿਆਂ। ਪਹਿਲਾਂ ਫੜ ਜ਼ੇਵਰ, ਹਾਲੇ ਵੀ ਵੇਲੇ ਇਨਸਾਨ ਬਣ ਜਾ, ਜਾ ਘਰ ਜਾ। ਮੈਨੂੰ ਮਾਫ ਕਰ ਦੇ ਯਾਰੂ, ਤੂੰ ਮੇਰੀਆਂ ਅੱਖਾਂ ਖੋਲ ਦਿੱਤੀਆਂ ਨੇ। ਓਏ ਯਾਰੂ, ਤੂੰ ਮੇਰੇ ਤੇ ਹੱਥ ਚੁੱਕੇ ਚੰਗਾ ਨਹੀਂ ਕੀਤਾ। ਓਏ ਸਿਆਣੇ ਕਹਿੰਦੇ ਨੇ ਜਲਾਬ ਚੁੱਕੇ ਉਹਦੇ ਤੇ ਹੱਥ ਚੁੱਕਣਾ ਸਵਾਬ ਦਾ ਕੰਮ ਹੈ। ਲਾਲਕ ਮੀਆਂ ਜੀ, ਮੈਂ ਤੁਹਾਨੂੰ ਸ਼ਿਕਾਇਤ ਲਾਉਣ ਲਈ ਆਇਆ ਸਾਂ, ਚੰਗਾ ਹੋਇਆ ਤੁਸੀਂ ਆ ਗਏ ਹੋ। ਲਾਲਾ, ਇਹਨੇ ਮੇਰੇ ਤੇ ਹੱਥ ਚੁੱਕਿਆ ਤੇਰੇ ਹੁੰਦੇ ਆ, ਨਾਲੇ ਸਾਡਾ ਇੱਕ ਖਿਡਾਰੀ ਵੀ ਨਸਾਤ ਹੈ। ਓਏ ਕੋਈ ਖੁਦਾ ਦਾ ਖੌਫ ਕਰ, ਕਿਉਂ ਝੂਠ ਬੋਲ ਰਿਹਾ? ਓਏ ਟੈਕਸੀ ਡਰਾਈਵਰਾ, ਤੇਰੀ ਚੁਰਕ ਕਿਸ ਤਰ੍ਹਾਂ ਸਾਡੇ ਭਰਾ ਦਾ ਹੱਥ ਚੁੱਕਣ ਦੀ? ਉਹ ਮੇਰੀ ਗੱਲ ਤਾਂ ਸੁਣੋ, ਐਵੇਂ ਮਾਰੀ ਜਾ ਰਹੇ, ਬਕਵਾਸ ਨਾ ਕਰ। ਪਰ ਮੀਆਂ ਜੀ, ਮੈਂ ਤਾਂ ਇੱਕ ਬੰਦੇ ਨੂੰ ਸਿੱਧੇ ਰਾਹ ਪਾਉਣ ਆਇਆ ਸਾਂ। ਪਕਨਾ ਤੇ ਹੁਣ ਮੈਂ ਤੈਨੂੰ ਉਲਟੇ ਰਸਤੇ ਤੇ ਪਾਵਾਂਗਾ। ਬਸ ਓਏ, ਇਹਦੇ ਨਾਲ ਇੰਨੀ ਕਾਫੀ ਹੈ। ਉੱਠੋ ਟੈਕਸੀ ਡਰਾਈਵਰਾ, ਤੇ ਚੱਲ ਦੌੜ ਜਾ, ਫਿਰ ਇੱਧਰ ਕਦੀ ਮੂੰਹ ਨਾ ਕਰੀ। ਲਾਲਾ, ਤੇਰਾ ਕਿਹਦੇ ਨਾਲ ਝਗੜਾ ਹੋਇਆ? ਓਏ ਮੇਰਾ ਕਿਸੇ ਨਾਲ ਝਗੜਾ ਨਹੀਂ ਹੋਇਆ, ਠੇਡਾ ਲੱਗਾ ਸੀ ਤੇ ਡਿੱਗ ਪਿਆ ਵਾ। ਵੱਡੇ ਭਰਾ ਛੋਟੇ ਭਰਾਵਾਂ ਨਾਲ ਝੂਠ ਨਹੀਂ ਬੋਲਦੇ ਲਾਲਾ। ਤੇਰੇ ਚਿਹਰੇ ਦੇ ਨਿਸ਼ਾਨ ਦੱਸ ਰਹੇ ਨੇ ਤੈਨੂੰ ਕਿਸੇ ਨੇ ਮਾਰਿਆ। ਰੱਬ ਦਾ ਵਾਸਤਾ ਹੀ, ਰੱਬ ਦਾ ਵਾਸਤਾ ਹੀ ਮੈਨੂੰ ਦੱਸ ਦੇ ਤੈਨੂੰ ਕਿਹਨੇ ਮਾਰਿਆ, ਕਿਹਨੇ ਮਾਰਿਆ, ਕਿਹਨੇ ਮਾਰਿਆ? ਮੈਨੂੰ ਹਾਲਾਤ ਨੇ ਮਾਰਿਆ, ਤਕਦੀਰ ਨੇ ਮਾਰਿਆ, ਵਕਤ ਨੇ ਮਾਰਿਆ। ਚਿਤਾ, ਅਸੀਂ ਕਿਸੇ ਨੂੰ ਜਵਾਬ ਨਹੀਂ ਦੇ ਸਕਦੇ। ਤੂੰ ਜਾ, ਜਾ ਤੂੰ ਜਾ ਕੇ ਅੰਦਰ ਬਹਿ ਕੇ ਪੜ ਜਾ, ਚਲਾ ਜਾ। ਯਾਰੋ, ਮੈਂ ਬੇਵਕੂਫ ਜ਼ਰੂਰ ਸਹੀ, ਪਰ ਮੇਰੀ ਅਕਲ ਕਹਿੰਦੀ ਏ ਕਿ ਤੈਨੂੰ ਕਿਸੇ ਨੇ ਜ਼ਰੂਰ ਮਾਰਿਆ। ਭਰਾ ਕੋਲੋਂ ਤੇ ਲੁਕਾ ਲਿਆਈ, ਮਾਂ ਨਾਲ ਤੇ ਸੱਚ ਬੋਲ, ਅੱਜ ਕਿਹਦੇ ਨਾਲ ਝਗੜਾ ਕਰ ਬੈਠੇ? ਉਹ ਮਾਂ ਜੀ, ਮੇਰਾ ਕਿਸੇ ਨਾਲ ਕੋਈ ਝਗੜਾ ਨਹੀਂ ਹੋਇਆ। ਉਹ ਮਾਸੀ ਸ਼ਰੀਫਾ ਦਾ ਪੁੱਤਰ ਹੈ ਨਾ ਜੂਰਾ, ਆਪਣੀ ਭੈਣ ਦੇ ਤਾਜ ਦਾ ਸਾਰਾ ਜ਼ੇਵਰ ਲੈ ਕੇ ਤੇ ਤਾਜ ਦੇ ਭਰਾਵਾਂ ਦੀ ਬੈਠਕ ਤੇ ਜੂਆ ਖੇਡਣ ਟੁਰ ਗਿਆ ਸੀ। ਮੈਂ ਉਹਨੂੰ ਮਨਾ ਕੀਤਾ ਤੇ ਉਹਨਾਂ ਸਾਰਿਆਂ ਨੇ ਮੈਨੂੰ ਰਲ ਕੇ ਮਾਰਨਾ ਸ਼ੁਰੂ ਕਰ ਦਿੱਤਾ। ਕੀ ਗੱਲ ਹੈ ਮਜਨੂੰ ਸਾਹਿਬ, ਕਿਸੇ ਲੈਲਾ ਦਾ ਇੰਤਜ਼ਾਰ ਫਰਮਾ ਰਹੇ ਹੋ? ਬਕ ਬਕ ਬੰਦ ਕਰ ਯਾਰ ਜਿੰਮੀ, ਤੇ ਦੱਸ ਮੈਨੂੰ ਤੂੰ ਕਲਾਸ਼ਨਕੋਫ ਲਿਆ ਕੇ ਦੇ ਸਕਦਾ? ਕਲਾਸ਼ਨਕੋਫ? ਹਾਂ, ਕਲਾਸ਼ਨਕੋਫ। ਓਏ, ਕੋਈ ਬੈਂਕ ਲੁੱਟ ਨਹੀਂ? ਨਹੀਂ ਨਹੀਂ ਯਾਰ, ਗੱਲ ਦਰਅਸਲ ਇਹ ਨਹੀਂ ਹੈਗੀ। ਕੱਲ ਮਹੱਲੇ 'ਚ ਮੇਰੇ ਇੱਕ ਗਰੀਬ ਯਾਰ ਦੀ ਸ਼ਾਦੀ ਹੈ। ਉਹਦੀ ਸ਼ਾਦੀ 'ਚ ਗੋਲੇ ਚਲਾਉਣ ਦੀ ਬਜਾਏ ਮੈਂ ਗੋਲੀਆਂ ਚਲਾ ਕੇ ਜੰਜ ਦੀ ਸ਼ਾਨ ਵਧਾਉਣਾ ਚਾਹੁੰਦਾ। ਓਏ, ਅਸੀਂ ਸਮਝਿਆ ਸੀ ਕਿ ਵੱਡੀ ਵਾਰਦਾਤ ਕਰੇਗਾ ਤੇ ਅਸੀਂ ਵੀ ਤੇਰੇ ਨਾਲ ਸ਼ਾਮਿਲ ਹੋਵਾਂਗੇ। ਫਿਕਰ ਨਾ ਕਰ, ਅੱਜ ਰਾਤ ਨੂੰ ਤੇਰੇ ਕਾਰ ਕਲਾਸ਼ਨਕੋਫ ਪਹੁੰਚ ਜਾਏਗੀ। ਤੇਰੇ ਯਾਰ ਆ, ਕੋਈ ਮੁਰਦਾਰ ਨਹੀਂ ਕਿ ਯਾਰ ਨਾ ਕੀਤਾ ਹੋਇਆ ਵਾਅਦਾ ਪੂਰਾ ਨਾ ਕਰੀਏ। ਤੂੰ ਕਲਾਸ਼ਨ ਕੋ ਮੰਗੀ ਸੀ ਆ, ਐਲਾ ਫੜ।
ਤੇਰੀਆਂ ਅੱਖਾਂ ਚ ਇੰਤਕਾਮ ਤੇ ਹੱਥਾਂ ਚ ਮੌਤ ਦਾ ਪੈਗਾਮ ਵੇਖ ਕੇ ਕੀ ਸਮਝਾ ਸਲੀਮ? ਜਵਾਬ ਦੇ, ਚੁੱਪ ਕਿਉਂ ਹੈ, ਬੋਲਦਾ ਕਿਉਂ ਨਹੀਂ? ਮੈਨੂੰ ਪਤਾ ਚੱਲ ਗਿਆ ਲਾਲਾ, ਤੈਨੂੰ ਤਾਸ਼ ਤੇ ਉਹਦੇ ਭਰਾਵਾਂ ਨੇ ਮਾਰਿਆ ਸੀ। ਮੈਂ ਅੱਜ ਉਹਨਾਂ ਸਾਰਿਆਂ ਨੂੰ ਮੌਤ ਦੀ ਨੀਂਦ ਸੁਆ ਦਿਆਂਗਾ। ਨਹੀਂ ਨਹੀਂ ਦਲੀਪ, ਨਹੀਂ। ਤੂੰ ਜਿਸ ਰਸਤੇ ਵੱਲ ਤੁਰ ਪਿਆ ਉਹਦੀ ਮੰਜ਼ਿਲ ਮੌਤ ਹੈ। ਜਵਾਨ ਨਸਲ ਨੂੰ ਬਰਬਾਦ ਕਰ ਦਿੱਤਾ, ਇੱਕ ਕਲਾਸ਼ਨ ਕੋ ਖੂਨੀ ਤੇ ਗੈਰ ਕਾਨੂੰਨੀ ਹਥਿਆਰੇ ਗੋਲੀਆਂ ਨੇ ਮਾਵਾਂ ਦੀਆਂ ਚੋਲੀਆਂ ਖਾਲੀਆਂ ਕਰ ਦਿੱਤੀਆਂ ਨੇ। ਇੱਕ ਕਲਾਸ਼ਨ ਕੋ ਖਾਨਦਾਨਾਂ ਦੇ ਖਾਨਦਾਨ ਉਜਾੜ ਦੇ ਦੀ, ਫਾਂਸੀ ਦੇ ਤਖ਼ਤ ਤੇ ਪੁਚਾ ਦਿੰਦੀ ਹੈ। ਮੈਂ ਤੇਰੇ ਹੱਥਾਂ ਚ ਕਲਾਸ਼ਨਕੋਫ ਨਹੀਂ, ਹਿਲਣ ਦੀਆਂ ਕਿਤਾਬਾਂ ਵੇਖਣੀਆਂ ਚਾਹੁੰਦਾ ਵਾ ਸਲੀਮ, ਕਿਤਾਬਾਂ ਵੇਖਣੀਆਂ ਚਾਹੁੰਦਾ ਵਾ। ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਮਾਂ ਜੀ, ਕਾਲਜ ਦੇ ਸਾਰੇ ਲੜਕੇ ਕਹਾਂ ਜਾ ਰਹੇ ਨੇ ਤੇ ਮੈਂ ਵੀ ਉਹਨਾਂ ਦੇ ਨਾਲ ਸੈਰ ਕਰਨ ਲਈ ਜਾ ਰਿਹਾ, ਬਸ ਕੁਝ ਹੀ ਦਿਨਾਂ 'ਚ ਵਾਪਸ ਆ ਜਾਵਾਂਗਾ। ਉੱਥੇ ਜਾ ਕੇ ਆਪਣਾ ਖਿਆਲ ਰੱਖੀ ਪੁੱਤਰ। ਅੱਛਾ ਮਾਂ ਜੀ, ਖੁਦਾ ਹਾਫਿਜ਼। ਅੱਲਾ ਹਾਫਿਜ਼। ਅੱਛਾ ਲਾਲਾ, ਖੁਦਾ ਹਾਫਿਜ਼। ਜ਼ਲੀਮ, ਤੂੰ ਪਹਾੜਾਂ ਤੇ ਚੱਲੇ ਆ, ਪਹਾੜ ਖਤਰਨਾਕ ਹੁੰਦੇ ਨੇ, ਆਪਣਾ ਖਿਆਲ ਰੱਖੀ। ਇਨਸ਼ਾਅੱਲਾ। ਇਹਦਾ ਖਿਆਲ ਤੇ ਅਸੀਂ ਰੱਖਾਂਗੇ ਭਾਈ ਜਾਨ, ਪਰ ਇਹ ਸਾਡਾ ਖਿਆਲ ਨਹੀਂ ਰੱਖਦਾ। ਕੀ ਮਤਲਬ? ਅਸੀਂ ਸਾਰਿਆਂ ਨੇ ਆਪਣਾ ਸਮਾਨ ਬੱਸ ਤੇ ਲੋਡ ਕਰ ਦਿੱਤਾ ਹੈ ਤੇ ਸਿਰਫ ਤੇਰਾ ਇੰਤਜ਼ਾਰ ਹੈ। ਹਮੇਸ਼ਾ ਲੇਟ ਆਉਣਾ ਯਾਰ। ਓ ਸੌਰੀ ਯਾਰ, ਸੌਰੀ, ਵੈਰੀ ਸੌਰੀ। ਲਾਲਾ, ਮੈਨੂੰ ਦੇਰ ਹੋ ਰਹੀ ਹੈ, ਮੈਂ ਚੱਲਦਾ। ਚੰਗਾ, ਖੈਰ ਨਾਲ ਜਾਓ, ਰੱਬ ਰਾਖਾ। ਚੰਗਾ। ਅਬਦੁਲ, ਕੰਬਲ ਮੈਨੂੰ ਦੇ। ਕਿਉਂ ਹੈ? ਮੈਨੂੰ ਸਰਦੀ ਲੱਗ ਰਹੀ ਹੈ। ਤੈਨੂੰ ਸਰਦੀ ਲੱਗਦੀ ਹੈ ਤੇ ਮੈਨੂੰ ਕੀ? ਐਗਰੀਮੈਂਟ ਦੇ ਮੁਤਾਬਿਕ ਕੰਬਲ ਦਿਨ ਨੂੰ ਤੇਰਾ ਹੈ ਤੇ ਰਾਤ ਨੂੰ ਮੇਰਾ ਹੈ। ਕੰਬਲ ਦੇ ਦੇ, ਵਰਨਾ। ਓਏ, ਵਰਨਾ ਕੀ ਹੋਏ? ਹਾਂ, ਵਰਨਾ ਤੇਰੇ ਤੇ ਮੁਕੱਦਮਾ ਹੋਏਗਾ, ਤੈਨੂੰ ਥਾਣੇ ਜਾਣਾ ਪਏਗਾ। ਹੁਣ ਦੱਸ, ਕੰਬਲ ਦੇਣਾ ਜਾਂ ਥਾਣੇ ਜਾਣਾ ਹੈ? ਓਏ ਨਹੀਂ, ਓਏ ਨੂਰ, ਖੁਦਾ ਦਾ ਵਾਸਤਾ ਹੀ ਮੈਨੂੰ ਥਾਣੇ ਨਾਲ ਲਿਜਾਈ, ਪਰ ਮੈਂ ਬੇਗੁਨਾਹ ਪੁਲਿਸ ਮੁਕਾਬਲੇ 'ਚ ਮਾਰਿਆ ਜਾਵਾਂਗਾ। ਐਲਾ ਯਾਰ, ਐਲਾ ਕੰਬਲ, ਕੰਬਲ ਦੀ ਕੀ ਗੱਲ ਹੈ? ਨੂਰ ਬਾਬੂ, ਅੱਜ ਮੈਂ ਤੇਰੇ ਨਾਲ ਹੀ ਸੋ ਜਾਵਾਂ। ਮੇਰੇ ਨਾਲ? ਨਹੀਂ ਨਹੀਂ, ਤੂੰ ਮੇਰੇ ਨਾਲ ਨਹੀਂ ਸੋ ਸਕਦਾ। ਓਏ, ਕਿਉਂ ਨਹੀਂ ਸੋ ਸਕਦਾ? ਓਏ, ਤੂੰ ਜਨਾਨੀ ਹੈ। ਬਹੁਤੀਆਂ ਗੱਲਾਂ ਨਾ ਕਰ, ਚੁੱਪ ਕਰਕੇ ਸੌਂ ਜਾ। ਯਾਰ, ਬਗੈਰ ਕੰਬਲ ਦੇ ਮੈਂ ਕਿਸ ਤਰ੍ਹਾਂ ਸੋ ਜਾਵਾਂ? ਓਏ ਉਸਤਾਦ, ਤੇਰਾ ਬੇੜਾ ਗਰਕ। ਓ ਉਸਤਾਦ, ਤੇਰਾ ਸੱਤਿਆ ਦਾਸ। ਓ ਉਸਤਾਦ, ਤੇਰਾ ਖਾਣਾ ਖਰਾਬ। ਓਏ, ਮੈਨੂੰ ਯਾਦ ਕੀਤੇ ਮੇਰੇ ਸ਼ਾਗਿਰਦ? ਆਹੋ ਉਸਤਾਦ ਰੁਸਤਮ ਜੀ, ਇਸ ਵਿਚਾਰੇ ਨੂੰ ਸਰਦੀ ਲੱਗਦੀ ਹੈ, ਇਹਨੂੰ ਆਪਣੇ ਨਾਲ ਰਜ਼ਾਈ ਸਵਾ ਲਵੋ। ਓ ਨਹੀਂ, ਓਏ ਨੱਡੇ, ਪੱਕੀ ਪਾ ਰਹੇ ਫੱਡੇ। ਰਜ਼ਾਈ ਤੇ ਲੁਗਾਈ ਆਪਣੀ ਆਪਣੀ ਚੰਗੀ ਹੁੰਦੀ ਹੈ, ਪਰ ਉਸਤਾਦ, ਇਸ ਸਰਦੀ ਚ ਮੇਰਾ ਕੀ ਬਣੇਗਾ? ਕੁਲਫੀ। ਕੁਲਫੀ? ਕੁਲਫੀ। ਕੰਬਲ ਤੇ ਮਜ ਦਾ ਐਗਰੀਮੈਂਟ ਤੁਸਾਂ ਕੀਤਾ ਸੀ,
ते कार दी वंड मैं पा देना, बेड़ा तुहाडा ते कमरा मेरा, कंबल नूर दा ते तख्त ओ सैयद नूर दा, मेरा मतलब कि तेरा। रात नू सर्दी च मरेगा केड़ा एदा पता सवेरे लगेगा। कली जान दुख लखते करोड़ ने, अल्लाह ने शक्ल भी अच्छी दीती है, कद बुत भी, जे थोड़ी जी अकल दे देंदा ते मैं किसी को मशवरे लैन का मोहताज तो ना होंदा। ले पुत्र तू शरबत पी, यारू बस हमें आंदा ही होना। कली कली जान दुख लखते करोड़ ने, मजा कली जान दुख है। एक क्लास किधर गायब हो गया, किधरे मैं अपनी बेवकूफी नाल शरबत दे नाल क्लास तो नहीं पी गया। जे अगर क्लास टेढ़े च होंदा रड़कता या खड़कता जरूर, पता नहीं की जादू है। मैं कितने जादू नगरी से नहीं आ गया। अरे की होया अब्दुल, जाग जा, खड़ा को ख्वाब तो नहीं हो देखा? नहीं यारू, मैं ख्वाब नहीं, भूत देखा है, भूत। ओए ओ किस तरह? ओ इस तरह के बारो मैं तेन मिलन आया ते मां जी नु सलाम किया, क्या शरबत पीना ते मां जी नु मैनु शरबत दिता, मैं अंदर बैठ के शरबत दा कुट पीता, मैं गिलास रखिया ते इधर वेख्या ते गिलास गायब, उधर वेख्या ते जग गायब, ते मैं ओए हौसला रख, दस ते सही होया की है? दीवार दे विचों एक हाथ बाहर आया, ओ मेरी गर्दन वल बदिया ते मैं जान बचा के बार वाल नसया, हूं दस मैं की करा? और ऐसे घबराने की कोई गल नहीं, इस कारण कोई जिन भूत नहीं आ सकता मेरे होंदे। असल गल ये कि साढ़े गुआढ़ च भूत नहीं रहती है, वो किसी बंदे बशर नुकसान नहीं पहुंचाती, बस शरारत नाल सतांदी है। उन्हें शर्म नहीं आती, शरीफ आदमियों को डराती है, चंगी गुआढ़ी है। किस तरह है काम ऐसी यारू कि मैं ते मेरे एक दोस्त नूर ने मिलके एक मज खरीदी है, एग्रीमेंट के मुताबिक मज का अगला हिस्सा मेरा है ते पिछला हिस्सा ओदे हिस्से च आया। ओए ते ठीक है, पर ते तेरा की नुकसान है? ओए सुन ते सही बेवकूफ, गल ऐ वे कि मज दे अगले पासे नु पठे मैं खवाना ते मज दे पिछले हिस्से च दूध चोके ओ बेच देंदा है, और एक साडा सांझा कंबल भी है जिहड़ा दिन नु मेरे कोल होंदा ते रात नु ठंड दे वेले ओदे हिस्से च आंदा है। ओ मिट्टी लीलरे सोना ते मैनू बारा चढ़ा। तो फिर तू चाहना की है? चंगा जहा मशवरा चाहना वा जिदे नाल दूध ते कंबल मेरे काम आवे। अच्छा ये गल है, तो फिर तेन फिक्र करने की कोई लोड़ नहीं, एहो जिहा मशवरा देंगा कि सब कुछ ठीक हो जाएगा। कल ओरा कर, चकते नहीं वटेगा? कल ओरा कर नलायका, ठीक है? कल बड़ी परी के नूर मारेगा बड़ी चीख। Thank you.
दे। ओए अतरा दे पुत्तर, मेरा सारा दूध डुल गया। और दूध डुल गया तो मैं की करा? तू मज नु डंडा नहीं मार सकता। ओए मज दा अगला हिस्सा मेरा है, अगला हिस्सा पट्ठे खावे या डंडे खावे तू इतराज नहीं कर सकता। ओए ओ पर मैंने दूध तो चोले दे। ओए एग्रीमेंट इच किधरे नहीं लिखे आया कि जदो तू दूध चोवे ओदो मैं मज दे अगले हिस्से नु डंडा नहीं मार सकता। अगला हिस्सा जदो चाहवा मैं इस्तेमाल कर सकना, ते तू मज दा पिछला हिस्सा जदो चाहवे इस्तेमाल कर सकना। ऐ एग्रीमेंट इच लिखे आया। ए मिर्गी पवे ओनू जिने तैनू ए तरकीब दसी है। ओए सियाणे ने दसया ए डंडा पीरे तिगड़ा तिगड़ा दा। आ सियाणे दे पुत्तर पिछे जड़ा अपना डंडा, हुण मेरा सिर पाण नहीं। मां जी, मां जी। ओह नूर की गल है, बड़ा गुस्से च मां नू आवाजा मारी जा रहे हैं ते नाले दूध भी लेके नहीं आया। की दसा यार, अज मेरा सारा दूध ही डुल गया। ओ किस तरह? ओ जड़ा मेरा पाई वाले ने टूट पैना अब्दुल, ओने मज दे मुंह ते डंडा कट मारे ते मज ने लत कट मारी दूध दी बाल्टी नू ते सारा दूध ही डुल गया। ते मैं दसण आया सा कि अज दूध पहलवान दी दुकान तो ले लेना। ओहो पर उन्हें डंडा मज दे मुंह ते मारिया क्यों है? की दसा लाला यार, असल च मज दे अगले हिस्से दा मालिक होए ओदे नाल जो मर्जी करे। पता नहीं ओनू ए तरकीब किस जलील कमीने ते बे। आराम नाल भाई ब्रेक ला के, ओ साडा भी यार है। ते फिर अपने यार नु समझा के रखो। कंबल किथे लुकाया है? लिया कंबल मैनू दे। ओए रात तो कंबल तेरा होना है ना, मैं हुणे देना। कंबल कंबल एग्रीमेंट के मुताबिक दिन नू कंबल मेरा है ते मैं अपने टाइम च कंबल जो मर्जी सलूक करा। हुण तेरी वारी है, तू इस गिले कंबल नू अग बाल के सुका या सर्दी खा, मैनू की है। तो मतलब सियाने टूट पैणे ने नू सारे तरीके सिखा दिते ने। ओए साणा दे बारी बारी जाइए। ओए पुत्र आज तू कल्ला ही काचू बन के सोएगा। ओए मैं ते अपने लिए नवी रजाई खरीद ली है और रन वाले अंदर पकड़ पर उठे ते छेड़े आदि अगला बले। और छेड़े और पुत्र मैं भी बड़ी सर्दी खा दिए, आज तू भी सर्दी खा। ओए जा, ओए जा, ओए जा, ओए जा नडे और रन वाले अंदर पकड़ पर।
ਕਰਦਾ ਸ਼ਾਮ ਸਵੇਰੇ ਬੜੀ ਜ਼ਰੂਰਤ ਤੇਰੀ ਜੇ ਵਿਖੇ ਮੇਰੇ ਦਿਲ ਨੂੰ ਚੀਰ ਕੇ ਨਿਕਲੇ ਮੂਰਤ ਤੇਰੀ ਓ ਜੇ ਵਿਖੇ ਮੇਰੇ ਦਿਲ ਨੂੰ ਚੀਰ ਕੇ ਨਿਕਲੇ ਮੂਰਤ ਤੇਰੀ ਸਾਰੀ ਦੁਨੀਆ ਨੂੰ ਠੁਕਰਾ ਕੇ ਕੇ ਪੁੱਤਰ ਯਾਰੋ ਮੇਰੀ ਧੀ ਤੁਹਾਡੀ ਅਮਾਨਤ ਹੈਗੀ ਹੈ ਜਿਸ ਦਿਨ ਕਹੋਗੇ ਤੁਹਾਡੀ ਅਮਾਨਤ ਤੁਹਾਡੇ ਸਪੁਰਦ ਕਰ ਦਿਆਂਗੇ ਮਾਂ ਜੀ ਓਏ ਪਰ ਇਸ ਵੇਲੇ ਮੈਂ ਇੱਕ ਅਮਾਨਤ ਤੁਹਾਡੇ ਸਪੁਰਦ ਕਰਨ ਆਇਆ ਵਾਂ ਕਿਹੜੀ ਅਮਾਨਤ ਅਬਦੁਲ ਪੁੱਤਰ ਮਾਂ ਜੀ ਇਹ ਕੁੜੀ ਜਿਹੜੀ ਕੱਲ ਤੱਕ ਕੁੜਾ ਸੀ ਤੇ ਹੁਣ ਕੁੜੀ ਹੈ ਕੱਲ ਤੱਕ ਨੂਰ ਸੀ ਤੇ ਹੁਣ ਨੂਰੀ ਹੈ ਤੇ ਮੇਰੀ ਇਹ ਮਜਬੂਰੀ ਹੈ ਮਾਂ ਜੀ ਜੇ ਇਸ ਪੁਟਿਆਰ ਨੂੰ ਮੈਂ ਆਪਣੇ ਘਰ ਰੱਖ ਲਿਆ ਤੇ ਮੱਲੇ ਦੇ ਲੋਕਾਂ ਨੇ ਮੇਰੀ ਚਾਲ ਚੱਲਣ ਤੇ ਕਰਨਾ ਸ਼ੱਕ ਤੇ ਉਹਨਾਂ ਨੇ ਕਰਨੀ ਹੈ ਬਕ ਬਕ ਤੇ ਮੈਂ ਕਿਦਾਂ ਕਿਦਾਂ ਮੂੰਹ ਬੰਦ ਕਰਾਂਗਾ ਅਬਦੁਲ ਪੁੱਤਰ ਇੱਕ ਗੱਲ ਤੇ ਦੱਸ ਇਹ ਕੁੜੀ ਕੌਣ ਹੈ ਤੇ ਤੇਰੇ ਕੋਲ ਕਿਸ ਤਰ੍ਹਾਂ ਆਈ ਹੈ ਵੇਖੀ ਸੱਚ ਬੋਲੀ ਝੂਠ ਨਾ ਬੋਲੀ ਅੱਲਾ ਪਾਕ ਦੀ ਕਸਮੇ ਮੈਂ ਸਹੀ ਸਹੀ ਦੱਸਾਂਗਾ ਮਾਂ ਜੀ ਮੈਂ ਇਹਨੂੰ ਇੱਕ ਲਵਾਰਿਸ ਮੁੰਡਾ ਸਮਝ ਕੇ ਆਪਣੇ ਘਰ ਲਾਇਆ ਸਾ ਸ਼ਹਿਰੀ ਚ ਨੌਕਰੀ ਦਵਾਉਣ ਵਾਸਤੇ ਮੈਨੂੰ ਤੇ ਕੱਲ ਰਾਤੀ ਪਤਾ ਲੱਗਾ ਹੈ ਮਾਂ ਜੀ ਕਿ ਇਹ ਮੁੰਡਾ ਨਹੀਂ ਕੁੜੀ ਹੈ ਚੱਲਿਆ ਪੁੱਤਰਾ ਤੈਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਸਭ ਠੀਕ ਹੋ ਜਾਏਗਾ ਧੀਏ ਤੇਰੇ ਮਾਪੇ ਕਿੱਥੇ ਨੇ ਮਾਪਿਓ ਮੇਰੇ ਬਚਪਨ ਚ ਹੀ ਅੱਲਾ ਨੂੰ ਪਿਆਰੇ ਹੋ ਗਏ ਸਨ ਮਾਂ ਜੀ ਫਿਕਰ ਕਰਨ ਦੀ ਕੋਈ ਗੱਲ ਨਹੀਂ ਧੀਏ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਉਹਨਾਂ ਦਾ ਰੱਬ ਹੁੰਦਾ ਅੱਜ ਤੋਂ ਤੂੰ ਮੇਰੀ ਧੀ ਬਣ ਕੇ ਮੇਰੇ ਘਰ ਚ ਰਵੇਂਗੀ ਨਹੀਂ ਮਾਂ ਜੀ ਇਹ ਸਾਡੇ ਘਰ ਚ ਨਹੀਂ ਰਹਿ ਸਕਦੀ ਜੇ ਅਬਦੁਲ ਸ਼ਾਹ ਛਾਟੇ ਤੇ ਇਸ ਘਰ ਚ ਤਾਂ ਦੋ ਛੜੇ ਛਾਟ ਰਹਿੰਦੇ ਨੇ ਮੱਲੇ ਦੇ ਲੋਕ ਸਾਡੇ ਘਰ ਵਾਲੇ ਵੀ ਉਂਗਲਾ ਚੁੱਕ ਸਕਦੇ ਨੇ ਉਹ ਬਾਈ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ ਮੇਰੇ ਘਰ ਚ ਕੋਈ ਪੁੱਤਰ ਨਹੀਂ ਇੱਕੋ ਇੱਕ ਧੀ ਹੈ ਤੇ ਮੈਂ ਇਹਨੂੰ ਦੂਜੀ ਧੀ ਬਣਾ ਕੇ ਆਪਣੇ ਘਰ ਰੱਖ ਲੈਣਾ ਚਾਚਾ ਕਰਮ ਵਾਲੀ ਬਿਲਕੁਲ ਠੀਕ ਹੈ ਪੱਥਰ ਉੱਤੇ ਲੀਕੇ ਐਸੇ ਬਾਨੇ ਰੱਬ ਨੇ ਮੈਨੂੰ ਕਿੱਡੀ ਸੋਹਣੀ ਪੈਂਦੇ ਦਿੱਤੀ ਹੈ ਚੱਲ ਡਰਾਈਵਰਾ ਜਾਣਾ ਕਿੱਥੇ ਵੇ ਜਨਾਬ ਤੇਰਾ ਕੰਮ ਹੈ ਮੀਟਰ ਡਾਊਨ ਕਰਨਾ ਜਾਣਾ ਕਿੱਥੇ ਰਸਤਾ ਤੈਨੂੰ ਅਸੀਂ ਦੱਸਾਂਗੇ ਓਏ ਖਬਰ ਪੜੀ ਉਹ ਕੀ ਲਿਖਿਆ ਖਬਰ ਚ ਇੱਕ ਬੰਦਾ 50 ਲੱਖ ਰੁਪਇਆ ਕਮਾ ਕੇ ਬਾਹਰਲੇ ਮੁਲਕ ਚੋਂ ਵਤਨ ਵਾਪਸ ਆਇਆ ਅੱਛਾ ਤੇ ਉਹਨੇ 50 ਲੱਖ ਰੁਪਏ ਨਾਲ ਇੱਥੇ ਗਰੀਬਾਂ ਲਈ ਫ੍ਰੀ ਹਸਪਤਾਲ ਬਣਾਉਣ ਦਾ ਫੈਸਲਾ ਕੀਤਾ ਵਾਹ ਜੀ ਵਾਹ ਲੈ ਭਾਈ ਇਹਦਾ ਮਤਲਬ ਹੈ ਇਸ ਦੁਨੀਆ 'ਚ ਹਾਲੇ ਵੀ ਅੱਲਾ ਦੇ ਨੇਕ ਬੰਦੇ ਵੱਸਦੇ ਨੇ ਅਸਲਮ ਸਾਹਿਬ ਜ਼ਮੀਨ ਦੇ ਮਾਲਕ ਨੂੰ ਕਹੋ ਕਿ ਅਸੀਂ ਜ਼ਮੀਨ ਪਲਾਜ਼ਾ ਬਣਾਉਣ ਲਈ ਨਹੀਂ ਖੈਰਾਤੀ ਹਸਪਤਾਲ ਬਣਾਉਣ ਲਈ ਜੀ ਜੀ ਚਲੋ ਠੀਕ ਠੀਕ ਜੋ ਤੁਸੀਂ ਤੈਅ ਕਰ ਲਿਆ ਮੁਨਾਸਬ ਹੁਣ ਇਹ ਦੱਸੋ ਕਿ ਜ਼ਮੀਨ ਦੇ ਮਾਲਕ ਨੂੰ ਪੇਮੈਂਟ ਚੈੱਕ ਦੀ ਸੂਰਤ ਵਿੱਚ ਕਰਨੀ ਹੈ ਜਾਂ ਕੈਸ਼ 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 ਚਾਹੀਦਾ ਸਾਨੂੰ ਕੌਣ ਤੁਸੀਂ ਤਾਕਤ
ਕੀ ਚਾਹੁੰਦੇ ਹੋ? ਦੌਲਤ। ਮੈਂ ਸਮਝਿਆ ਨਹੀਂ। ਤੁਹਾਨੂੰ ਸਮਝਾਉਣਾ ਆਉਂਦਾ ਹੈ? ਇਸ ਬਤਮੀਜ਼ੀ ਦਾ ਕੀ ਮਤਲਬ ਹੈ? ਮਤਲਬ ਇਹ ਵੇ ਕਿ ਅਸੀਂ ਦੌਲਤ ਵਾਲੇ ਨੂੰ ਤਾਕਤ ਨਾਲ ਤੇ ਤਾਕਤ ਵਾਲੇ ਨੂੰ ਸਿਆਸਤ ਨਾਲ ਮਾਰਨੇ ਆ। ਤੈਨੂੰ ਆਪਣੇ ਬਾਲ ਬੱਚਿਆਂ ਦੀ ਜ਼ਿੰਦਗੀ ਪਿਆਰੀ ਏ ਤੇ ਫਿਰ 50 ਲੱਖ ਰੁਪਏ ਦਾ ਚੈੱਕ ਵੀ ਤੂੰ ਸਾਈਨ ਕਰੇਗਾ ਤੇ ਸਾਡੇ ਬੰਦੇ ਨਾਲ ਬੈਂਕ ਜਾ ਕੇ ਉਹ ਚੈੱਕ ਵੀ ਤੂੰ ਕੈਸ਼ ਕਰਾਏਗਾ ਤੇ ਉਹ ਰਕਮ ਸਾਡੇ ਬੰਦਿਆਂ ਦੇ ਹਵਾਲੇ ਕਰੇਗਾ। ਇਹ ਜ਼ੁਲਮ ਹੈ। ਨਹੀਂ, ਇਹ ਸਾਡਾ ਪੇਸ਼ਾ ਹੈ। ਸੇਠ ਸਾਹਿਬ ਨੂੰ ਬੈਂਕ ਦੇ ਘਰ ਬੜੀ ਇੱਜ਼ਤ ਨਾਲ ਲੈ ਜਾਓ, ਅੱਗੇ ਲੱਗੋ ਤੇ ਬਾਕੀ ਦਾ ਪ੍ਰੋਗਰਾਮ ਮੈਨੂੰ ਰਾਜ ਸਮਝਾ ਦਿਆਂਗੇ। ਸੇਠ ਸਾਹਿਬ, ਉਹ ਸਾਹਮਣੇ ਬੈਂਕ ਜਿਹਦੇ 'ਚ ਤੁਹਾਡਾ ਸਾਰਾ ਸਰਮਾਇਆ, ਤੁਸੀਂ 50 ਲੱਖ ਦਾ ਚੈੱਕ ਕੈਸ਼ ਕਰਵਾਉਣਾ, ਉਹ ਰਕਮ ਲਿਆ ਕੇ ਸਾਡੇ ਹਵਾਲੇ ਕਰਨੀ ਹੈ। ਇਹ ਵੀ ਯਾਦ ਰੱਖਣਾ, ਤੁਹਾਡੀ ਲੱਤ ਨਾਲ ਬੰਬ ਬੰਨਿਆ ਹੋਇਆ ਤੇ ਉਹਦਾ ਰਿਮੋਟ ਕੰਟਰੋਲ ਮੇਰੇ ਕੋਲ। ਜੇ ਤੁਸੀਂ ਆਪਣੀ ਲੱਤ ਨਾਲ ਬੰਬ ਖੋਲਣ ਲਈ ਜ਼ਰਾ ਵੀ ਝੁਕਣ ਦੀ ਕੋਸ਼ਿਸ਼ ਕੀਤੀ ਤੇ ਤੁਹਾਡੇ ਜਿਸਮ ਦੇ ਪਰਖ 'ਚ ਉੱਡ ਜਾਣਗੇ। ਸੇਠ ਸਾਹਿਬ ਜੀ, ਜੀ ਜ਼ਰੂਰਤ ਪੈ ਗਈ ਸਰ। ਸੇਠ ਸਾਹਿਬ 50 ਲੱਖ ਰੁਪਇਆ ਮੰਗ ਰਹੇ ਨੇ। ਹਾਂ ਠੀਕ ਹੈ, ਦੇ ਦਿਓ। ਅੱਜ ਕੱਲ੍ਹ ਬੜੀਆਂ ਵਾਰਦਾਤਾਂ ਹੋ ਰਹੀਆਂ ਸੇਠ ਸਾਹਿਬ, ਇਹ 50 ਲੱਖ ਦੀ ਰਕਮ ਹੈ, ਜ਼ਰਾ ਧਿਆਨ ਨਾਲ ਜਾਣਾ। ਜੀ ਅੱਛਾ, ਯਾਰੂ ਸੇਠ ਸਾਹਿਬ ਨੂੰ ਬੜੀ ਹਿਫਾਜ਼ਤ ਨਾਲ ਇਹਨਾਂ ਦੀ ਕੋਠੀ ਪਹੁੰਚਾ ਦੇ। ਸਲਾਮਲੇਕੁਮ ਸਾਹਿਬ ਜੀ। ਵਾਲੇਕੁਮ ਸਲਾਮ, ਕਿਸ ਤਰ੍ਹਾਂ ਆਏ ਹੋ? ਸਰ ਮੇਰਾ ਨਾਂ ਮਲਿਕ ਸੁਲੇਮਾਨ ਹੈ। ਮੈਂ ਨਾਂ ਨਹੀਂ, ਕੰਮ ਪੁੱਛਿਆ। ਮੈਂ ਇੱਕ ਰਿਪੋਰਟ ਲਿਖਾਉਣਾ ਹੈ ਸਰ। ਅੱਜ ਦਿਨ ਦਿਹਾੜੇ ਕੁਛ ਗੁੰਡੇ ਮੇਰੀ ਕੋਠੀ 'ਚ ਆਉਣਾ ਹੈ। ਪਹਿਲੇ ਉਹਨਾਂ ਨੇ ਮੈਨੂੰ ਅਗਵਾ ਕੀਤਾ, ਫਿਰ ਜ਼ਬਰਦਸਤੀ ਮੇਰੀ ਲੱਤ ਨਾਲ ਬੰਬ ਬੰਨ ਕੇ ਮੈਨੂੰ ਆਪਣੇ ਨਾਲ ਬੈਂਕ ਲੈ ਗਏ। ਮੇਰੇ ਹੱਥੀਂ 50 ਲੱਖ ਰੁਪਏ ਦਾ ਚੈੱਕ ਕੈਸ਼ ਕਰਾ ਕੇ ਤੇ ਰਕਮ ਮੇਰੇ ਕੋਲੋਂ ਖੋ ਕੇ ਫਰਾਰ ਹੋ ਗਏ। ਕੌਣ ਸਨ ਉਹ ਗੁੰਡੇ? ਤੁਸੀਂ ਉਹਨਾਂ ਨੂੰ ਪਹਿਚਾਣਦੇ ਹੋ? ਇਹ ਤੇ ਸਿਰਫ ਉਹਨਾਂ ਨੂੰ ਪਛਾਣਦੇ ਹੀ ਹੋਣਗੇ, ਮੈਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਨਾ ਵੀ ਆ। ਤੇ ਫਿਰ ਛੇਤੀ ਨਾਲ ਉਹਨਾਂ ਦੇ ਨਾਂ ਦੱਸ। ਉਹ ਮੀਆਂ ਸਰਾਜਦੀਨ ਦੇ ਭਰਾ ਨੇ। ਇਹ ਕੀ ਬੱਕ ਰਿਹਾ ਟੈਕਸੀ ਡਰਾਈਵਰਾ, ਤੂੰ ਕਿਤੇ ਨਸ਼ਾ ਤਾਂ ਨਹੀਂ ਕੀਤਾ ਹੋਇਆ? ਨਹੀਂ, ਨਸ਼ਾ ਨਹੀਂ ਕੀਤਾ ਹੋਇਆ ਜਨਾਬ, ਇਹ ਆਈ ਵਿਟਨੈਸ ਹੈ, ਮੌਕੇ ਦਾ ਗਵਾਹ। ਮੈਂ ਨਹੀਂ ਮੰਨ ਸਕਦਾ, ਮੈਂ ਮੀਆਂ ਸਰਾਜਦੀਨ ਨੂੰ ਬੜੀ ਚੰਗੀ ਤਰ੍ਹਾਂ ਜਾਣਨਾ ਵਾ। ਉਹ ਬੜਾ ਨੇਕ ਦਿਲ ਇਨਸਾਨ ਹੈ, ਉਹਦੀ ਮਦਦ ਨਾਲ ਸ਼ਹਿਰ 'ਚ ਕਈ ਸ਼ਫਾ ਖਾਨੇ ਤੇ ਯਤੀਮ ਖਾਨੇ ਚੱਲਦੇ ਨੇ। ਉਹਨਾਂ ਨੂੰ ਮੈਂ ਵੀ ਬੜੀ ਚੰਗੀ ਤਰ੍ਹਾਂ ਜਾਣਨਾ ਵਾ ਜਨਾਬ। ਉਹਨਾਂ ਦੇ ਸਿਰ ਤੇ ਸ਼ਹਿਰ 'ਚ ਕਈ ਖੁਫੀਆ ਸ਼ਰਾਬ ਖਾਨੇ ਤੇ ਜੂਆ ਖਾਨੇ ਚੱਲ ਰਹੇ ਨੇ। ਹੈਲੋ, ਸਲਾਮ ਅਲੈਕੁਮ ਜਨਾਬ, ਬੜੀ ਉਮਰ ਹੈ ਤੁਹਾਡੀ, ਹੁਣੇ ਤੁਹਾਡੇ ਜ਼ਿਕਰ ਹੋ ਰਿਹਾ ਸੀ। ਹਾਂ ਹਾਂ, ਉਹ ਦੋਨੋਂ ਮੇਰੇ ਸਾਹਮਣੇ ਬੈਠੇ ਨੇ।
ਬਿਹਤਰ ਸਰ। ਪਹਿਲਾਂ ਫੜੋ ਟੈਕਸੀ ਡਰਾਈਵਰਾਂ ਤੇ ਗੱਲ ਕਰ। ਓਏ ਟੈਕਸੀ ਡਰਾਈਵਰਾਂ, ਮੈਂ ਮੀਆਂ ਤਾਜ ਬੋਲ ਰਿਹਾ ਵਾਂ। ਮੇਰੀ ਪੂਰੀ ਗੱਲ ਸੁਣਨ ਤਾਈਂ ਆਪਣੇ ਕੰਨ ਖੁੱਲ੍ਹੇ ਤੇ ਜ਼ੁਬਾਨ ਬੰਦ ਰੱਖੀ। ਜੇ ਤੂੰ ਸਾਡੇ ਖਿਲਾਫ ਗਵਾਹੀ ਦਿੱਤੀ ਤੇ ਫੇਰ ਤੇਰੀ ਗਵਾਹੀ ਤੇਰੇ ਗੱਲ ਦੀ ਫਾਈ ਬਣ ਜਾਏਗੀ। ਅੱਲਾ ਪਾਕ ਦੀ ਕਸਮ ਹੈ, ਮੈਂ ਗਵਾਹੀ ਜ਼ਰੂਰ ਦਿਆਂਗਾ। ਮੈਂ ਲੱਖਾਂ ਤੇ ਕਰੋੜਾਂ ਮਰੀਜ਼ਾਂ ਦਾ ਹੱਕ ਨਹੀਂ ਮਰਨ ਦਿਆਂਗਾ, ਨਹੀਂ ਮਰਨ ਦਿਆਂਗਾ, ਨਹੀਂ ਮਰਨ ਦਿਆਂਗਾ। ਟੈਕਸੀ ਡਰਾਈਵਰ ਯਾਰੂ ਨੇ ਸਾਡੇ ਖਿਲਾਫ ਗਵਾਹੀ ਦੇਣ ਲਈ ਕਿਸੇ ਇਲੈਕਸ਼ਨ ਦਾ ਇੰਤਜ਼ਾਰ ਨਹੀਂ ਕਰਨਾ। ਕੀ ਮਤਲਬ? ਮੈਂ ਯਾਰੂ ਨੂੰ ਲਾਲਚ ਵੀ ਦਿੱਤਾ ਹੈ ਤੇ ਤੜੀ ਵੀ ਲਾਈ ਹੈ, ਪਰ ਉਹਨੇ ਅਦਾਲਤ ਵਿੱਚ ਸੱਚ ਬੋਲਣ ਦਾ ਅਟਲ ਫੈਸਲਾ ਕੀਤਾ ਹੈ। ਹੁਣ ਯਾਰੂ ਨੂੰ ਰਸਤੇ ਚੋਂ ਹਟਾਉਣ ਲਈ ਮੈਂ ਤੇਰੀ ਸਿਆਸਤ ਕੋਲ ਨਹੀਂ ਆਪਣੀ ਤਾਕਤ ਕੋਲ ਕੰਮ ਲਵਾਂਗਾ। ਨਹੀਂ ਬਾਜ, ਨਹੀਂ, ਇਹੋ ਜਿਹੇ ਮੌਕੇ ਤੇ ਜੋਸ਼ ਦੀ ਨਹੀਂ ਹੋਸ਼ ਦੀ ਲੋੜ ਹੁੰਦੀ ਹੈ। ਯਾਰੂ ਨੂੰ ਗਵਾਹੀ ਦੇਣ ਤੋਂ ਰੋਕਣ ਲਈ ਮੈਂ ਇਹੋ ਜਿਹਾ ਕੰਮ ਵਹਾਵਾਂਗਾ ਕਿ ਸੱਪ ਵੀ ਮਰ ਜਾਏਗਾ ਤੇ ਲਾਠੀ ਵੀ ਨਹੀਂ ਟੁੱਟੇਗੀ। ਇਹ ਸੋਚ ਬੜੀ ਪੁਰਾਣੀ ਹੋ ਚੁੱਕੀ ਹੈ ਤੇ ਨਵੀਂ ਸੋਚ ਐਵੇਂ ਸੱਪ ਮਰਨਾ ਚਾਹੀਦਾ ਹੈ, ਲਾਠੀ ਟੁੱਟਦੀ ਹੈ ਤੇ ਟੁੱਟ ਜਾਏ। ਟੈਕਸੀ ਚ ਬੰਬ ਲਾਤੇ ਮੀਆਂ ਸਾਹਿਬ ਤੇ ਯਾਰੂ ਸੇਠ ਨੂੰ ਟੈਕਸੀ ਚ ਬਿਠਾ ਕੇ ਅਦਾਲਤ ਲਿਜਾਣ ਲਈ ਇਸੇ ਰਸਤੇ ਲੰਘੇਗਾ। ਖੁਦਾ ਕਾਲੀ ਕਮਲੀ ਵਾਲੇ ਦੇ ਸਦਕੇ ਮੇਰੀ ਜ਼ਿੰਦਗੀ ਵੀ ਯਾਰੂ ਨੂੰ ਲਾ ਦੇ। ਡੀ ਐਸ ਪੀ ਸਾਹਿਬ, ਸੇਠ ਸਾਹਿਬ ਤੇ ਅੱਲਾ ਨੂੰ ਪਿਆਰੇ ਹੋ ਗਏ ਨੇ, ਪਰ ਟੈਕਸੀ ਡਰਾਈਵਰ ਦੀ ਜ਼ਿੰਦਗੀ ਖਤਰੇ 'ਚ। ਨਹੀਂ ਨਹੀਂ, ਮੇਰੇ ਪੁੱਤਰ ਨੂੰ ਕੁਝ ਨਹੀਂ ਹੋ ਸਕਦਾ, ਕੁਝ ਨਹੀਂ ਹੋ ਸਕਦਾ। ਮਾਂ ਦੇ ਜਿਉਂਦਿਆਂ ਪੁੱਤਰ ਨਹੀਂ ਮਰ ਸਕਦਾ, ਨਹੀਂ ਮਰ ਸਕਦਾ। ਡਾਕਟਰ ਸਾਹਿਬ, ਤੁਹਾਨੂੰ ਰੱਬ ਦਾ ਵਾਸਤਾ, ਜੇ ਯਾਰੂ ਦੀ ਜਾਨ ਬਚਾ ਲਓ, ਯਾਰੂ ਦੀ ਜਾਨ ਬਚਾ ਲਓ। ਜੇ ਤੁਹਾਡੇ ਵਿੱਚੋਂ ਕੋਈ ਸਾਹਿਬ ਆਪਣਾ ਹੁਣ ਦਵੇ ਤੇ ਮਰੀਜ਼ ਦੀ ਜਾਨ ਬਚ ਸਕਦੀ ਹੈ। ਪਲਵਾਨ ਜੀ, ਮੈਂ ਆਪਣਾ ਖੂਨ ਜ਼ਰੂਰ ਦਿੰਦਾ, ਪਰ ਮੈਂ ਆਪਣੀ ਦੁਕਾਨ ਖੁੱਲ੍ਹੀ ਛੱਡ ਆਇਆ। ਮੌਲਵੀ ਸਾਹਿਬ, ਮੈਂ ਆਪਣਾ ਖੂਨ ਦੇ ਕੇ ਸਵਾਦ ਜ਼ਰੂਰ ਹਾਸਲ ਕਰਦਾ, ਪਰ ਮਜ਼ਬੂਰੀ ਹੈ, ਅਜ਼ਾਨ ਦਾ ਵਕਤ ਹੋ ਗਿਆ।
डॉक्टर साहब खून देन लगते हैं दर्द तो नहीं होती? नहीं। तो फिर मेरे जिस्म का सारा खून कट के यारू की जान बचा लो। ठीक है आओ मेरे नाल। मां अब्दुल किथे वे? मैं उदा शुक्रिया अदा कर दिया जिन्हें मैं अपना खून देके नवी जिंदगी देती है। उन्हें डॉक्टर ने आराम करने का मशवरा दिता है पुत्र, मैं उन्हें घर घल दिता। खुदा अब्दुल नू तत्ती हवा कदी भी ना लावे। उन्हें मेरा दूध तो नहीं पीता पर अपना खून दे के मेरा तीजा पुत्र होने का फर्ज अदा कर दिता है। उदा फर्ज मेरे मोढ़ियां ते कर्ज बन के सवार हो गया है। मां उस दिल ने बहादुर बन के दिखा दिता है। मैं उदा एहसान सारी जिंदगी नहीं भुलांगा। तुसी सारे बाहर चलो, मरीज नु आराम करन दियो, डॉक्टर साहब दा हुक्म। अच्छा अच्छा तीए असी चले जाने हैं। आ भैणा चलिए। टैक्सी ड्राइवर यारू केड़े कमरे? जी कमरा नंबर 6। नर्स टेंपरेचर चेक कर ले ते कमरे चो बाहर जा। मैं यारू नाल कोई जरूरी गल करनी है। यारू ऐ फूल तेरी कबर ते भी पै सकते सन। शुक्र कर तेरी मां दियां दुआवां ने तैनू नवी जिंदगी दित्ती है। हुण ऐ सोच के अपनी जबान बंद रखी कि तेरा एक जवान भरा कॉलेज च पढ़दा है, ओदी लाश तेरी मां दियां बुढ़ियां अखां नहीं वेख सकणगियां। अल्ला पढ़ ऐ रकम मैं तैनू जरूरत की कीमत समझ के नहीं गुरबत की जरूरत समझ के दे रहा। नवी टैक्सी खरीद ली। टैक्सी च बह के सिर्फ ड्राइवर ही रही, लीडर बनने की कोशिश ना करी वरना कल सलीम वापस आ रहे हैं। मैं उन्हें कुछ नहीं दसांगा। तू मेरे को कुछ लुका रहे लाला, सच सच दस ये हादसा किस तरह होया? मैं सच ही तो कह रहा बाऊ सलीम, बस ये समझ लिया कि एक बला सी जड़ी रब ने टाल दी है। यकीन कर मेरी किसी नाल कोई दुश्मनी नहीं। जे तेरी किसी नाल कोई दुश्मनी नहीं लाला तो फिर शहर च होर भी बेशुमार टैक्सियां चल दिया ने, ये बम सिर्फ तेरी टैक्सी च क्यों फटिया? तू तो पढ़िया लिखिया बाऊ सलीम, तेनों तो पता होना चाहिए कि अंदर दे गद्दार ते बाहर दे तकरीब का हर जगह ते बम फाड़ दे फिर रहे ने। तू मिठाई का डब्बा चुक ते कॉलेज जाके अपने दोस्तों का मुंह मिठा करा। चलो उठ मेरा बाऊ यार, शाबाश। यारू तेनू जिंदगी की बहुत बहुत मुबारक हो। खैर मुबारक अब्दुल, खैर मुबारक। यार रब का शुक्र अदा करन तो बाद मैं तेरा शुक्रिया अदा कर रहा हूं जिन्हें अपना खून दे के मेरी जान बचा ली है। पर खून तो तेन मैं भी दे देना सी, पर मेरे खून ही थोड़ी जी खराबी सी क्योंकि मेरा प्यो बहुत बड़ा शराबी सी। यारू साढ़े से दिन जलेबियां? वो तेरे कुत्तियां नू जलेबियां भाई। कुत्तियां नू? पर मेरे नाल ते मेरा उस्ताद है। ओए मैनू सब कुछ याद है। ओए लो जलेबियां ते रज के खाओ। एनिया सारियां जलेबियां रज के नहीं तेरा गज के खावांगे। आ जलेबियां गरम गरम ला दे उस्ताद। देख इस जलेबियां दे दो हिस्से कर दे, अपना हिस्सा तू खा ते मेरा हिस्सा मैं खावांगा। अच्छा बड़े ही स्याणे अब्दुल, दोवे रल के खाने हैं। तैनू पता नहीं बुजुर्गों ने आख्या कि इत्तेफाक बड़ी बरकत होंगी। नहीं उस्ताद
इत्तफाक च बरकत नहीं मौत आती है। मसलन किस तरह? मसलन इस तरह कि मेरा मामा इत्तफाक नाल छत तो डिग के मर गया, कल इत्तफाक नाल दो बसा टकराइया ते 40 मुसाफिर हलाक हो गए, ते लिहाजा मैंने इत्तफाक को बड़ा डर लगता है। ओ जदों दा तू मेरा शागिर्द होए ओए बड़े स्याणा हो गया। मैं तो कहना रल के ही खाने हैं। रल खाइए खंड खाइए ते पूरी पांड खाइए। शर्म कर उस्ताद, सारिया जलेबियां खा गया। ओए, वो जलेबियां आप खा गए? ते इल्जाम उस्ताद ते ला रहे हैं? ओए तू मेनू चोर बना रहे? ओ तू झूठ बोल रहे? अल्लाह पाक दी कसम है इकरे दी गदी। अच्छा तू सच बोल रहे? चुराण की आदत हाली तक नहीं गई नूरी। हाय अल्लाह छोड़ मेरा हाथ। हाथ नहीं छड़ांगा, पहले तुम मेरी गल सुन। सुना। अर्ज कीता है कि अपने पुराने आशिक की खातिर अपने नवे प्यो नू कह कि तेरा ते मेरा ब्याह छेती नाल कर दे। बेवकूफा छोड़ मेरा हाथ। अपने ब्याह की गल कुड़ियां अपने मां प्यो नाल आप नहीं करदियां। ए गल तैनू मेरे प्यो नाल करनी पैगी। ना बाबा मैनू तो डर लगता है। अच्छा एदा मतलब एदा डर लाने ही पैगा।
सजला पाया है। कई बारी मैं सुरखी लाई अख विच कजला पाया, बनस बने खेकन कीते तू नेड़े ना आया। हर बनस बने खेकन कीते तू नेड़े ना आया। बाबा शाह जमाल के मजार से जाना है, उत्थे मैं मन्नत मन्नी हुई है। आप इधर चल चलिए। कारा वाले छोटे लोग कट्टा मिट्टी पांदे ही रहिंदे ने। नहीं तैन मेरी सौई लड़ना नहीं पुत्र। अल्लाह माई 100 रुपया कपड़े ड्राई क्लीन करा लें। अपने कपड़े ड्राई क्लीन करवा ली। हाँ
वाला नहीं। आज मैं तेरे कपड़े का चिक्कड़ लौना दूंगा। नहीं ताज नहीं, बच्चा है ते बच्चे छोटी जिनी गलती करन ते उन्होंने एड्डी वड्डी सजा नहीं दे दी। जा बरखुरदार जा, जा के अपनी मां नु कह दे के मां मैं तेरी बेइज्जती का बदला ले लिया है। तू इस मुंडे नु माफ करके शर्म नाल साडी गर्दन नीवी कर दिती है। मैं उन्हें माफ नहीं किया, सिर्फ उसकी जिंदगी दे कुछ सा बधाए ने। जे मैं उन्हें इत्थे मार दिंदा ते बड़ी छोटी जिनी सजा सी। मेरे से रब ने मैनू बहुत कुछ दिता है, जिनी वड्डी मर्जी जंज लै आना। जंजी ते बहुत ज्यादा हो जाएंगे चाचा जी। अपने सारे मल्लेदार पाऊ सलीम दे कॉलेज दे यार, भरा यारू दे टैक्सी ड्राइवर यार, इन्ने सारे जांजी इस कार च किस तरह बैठेंगे चाचा जी? तू फिक्र ना कर अब्दुल पुत्र, मैं जंज दा इंतजाम घर च नहीं एक बड़े वड्डे होटल च कीता है, ताकि सारे शहर नू पता लगे भी मियां करमवली ने अपनी धी बड़ी शान नाल व्याही है। ले बीबी नू, तेरी ते गल पक्की हो गई, रब ने तेरी सुन ली है, तेनू बहुत बहुत मुबारक होवे।
شادی خانہ آبادی جناب میاں سراج تے میاں تاج صاحب ساڈی خوشی چ شامل ہون لئی تشریف لیاؤ تے ساڈی شان وداؤ. لالا بڑے سوال لے کے پڑھ رہے ہو، کدی شادی دا کارڈ ہے؟ ٹیکسی ڈرائیور یارو دے چھوٹے بھرا سلیم دی شادی ہے تے پھر تے سانو سارے کم چھٹ کے سلیم نو شادی دی سلامی دین لئی ضرور جانا چاہیتا ہے. حضرات مہربانوں تے قدردانوں سلامی دیندے جاؤ تے سلام لیندے جاؤ، جڑا دے گا سلامی اُدا بھی پلا تے جڑا نہیں دے گا اُدا بھی نہیں پلا. جمعرات کے روز مائی باپ سلیم کمرے دی چابی، ہوں اسی صبح تہاڈے دوہاں دا ناشتہ لے کے آواں گے. ویکھیا نوری میری تی پینا دے چہرے تے کنا نور ہے. ہوں تے میری یہ ہوئی دعا ہے اللہ تعالیٰ انہاں دوواں نوں عرشاں دے پاگ لائے. آمین. آ پتر یارو، ہوٹل والیاں نال حساب کر کے انہاں دا بل وی چکا دی. آؤ چاچا جی. آ جا. Thank you.
ਤੁਸੀਂ ਬੇਗੁਨਾਹ ਇਨਸਾਨਾਂ ਦਾ ਖੂਨ ਕੀਤਾ। ਹੁਣ ਤੁਹਾਡੇ ਸ਼ੈਤਾਨਾਂ ਦੇ ਲਹੂ ਨਾਲ ਇਹ ਧਰਤੀ ਮੈਂ ਰੰਗਾਂਗਾ। ਮੇਰੇ ਭਰਾ ਦੇ ਸਿਰੇ ਦੇ ਜਿੰਨੇ ਫੁੱਲ ਤੁਹਾਡੇ ਪੈਰਾਂ ਚ ਟਿੱਕੇ ਨੇ, ਮੈਂ ਉਹਨੀਆਂ ਹੀ ਗੋਲੀਆਂ ਤੁਹਾਡੀਆਂ ਸੀਨੇ ਚ ਮਾਰਾਂਗਾ। ਤੁਸੀਂ ਮੇਰੇ ਖਾਨਦਾਨ ਦੇ ਸੱਤ ਦੁਸ਼ਮਣ ਹੋ, ਜਿਸ ਦਿਨ ਇਹਨਾਂ ਸੱਤਾਂ ਕੁੰਡਿਆਂ ਦੀ ਗਿਣਤੀ ਪੂਰੀ ਹੋ ਗਈ, ਉਸ ਦਿਨ ਸੱਤ ਸ਼ੈਤਾਨਾਂ ਦੇ ਸਾਹ ਮੁੱਕ ਜਾਣਗੇ। ਸਾਡੀ ਨਸਲ ਮੁਕਾਉਣ ਲਈ ਤੁਹਾਡੇ ਸੱਤਵੇਂ ਭਰਾ ਸ਼ੇਰ ਦਿਲ ਨੂੰ ਸੱਤ ਸਮੁੰਦਰੋਂ ਪਾਰੋਂ ਵੀ ਜਾ ਕੇ ਲਿਆਣਾ ਪਿਆ ਤੇ ਰੱਬ ਦੀ ਸਾਂ ਲਿਆ ਕੇ ਇਸ ਕੁੰਡੇ ਤੇ ਟੰਗ ਦਿਆਂਗਾ। ਯਕੀਨ ਕਰੋ ਡੀਐਸਪੀ ਸਾਹਿਬ, ਯਾਰੂ ਦੇ ਭਰਾ ਤੇ ਉਹਦੀ ਬੀਵੀ ਦੇ ਕਤਲ ਸਾਡਾ ਕਿਸੇ ਕਿਸਮ ਦਾ ਕੋਈ ਦਖਲ ਨਹੀਂ। ਇਹਦੇ ਬਾਵਜੂਦ ਯਾਰੂ ਗੋਲੀਆਂ ਦਾ ਮੀਂਹ ਵਰਸਾਉਂਦਾ ਆ ਸਾਡੇ ਭਰਾ ਨੂੰ ਚੁੱਕ ਲੈ ਕੇ। ਪੁਲਿਸ ਨਾ ਹੀ ਅੱਜ ਤੀਕਰ ਯਾਰੂ ਨੂੰ ਗ੍ਰਿਫਤਾਰ ਕਰ ਸਕੀਏ ਤੇ ਨਾ ਹੀ ਸਾਡੇ ਭਰਾ ਦੀ ਲਾਸ਼ ਲੱਭ ਸਕੀਏ। ਕੰਨ ਖੋਲ ਕੇ ਸੁਣ ਲਓ ਡੀਐਸਪੀ ਸਾਹਿਬ, ਜੇ 24 ਘੰਟੇ ਦੇ ਅੰਦਰ ਅੰਦਰ ਯਾਰੂ ਗ੍ਰਿਫਤਾਰ ਨਾ ਹੋਇਆ ਤੇ ਫਿਰ ਅਸੀਂ ਆਪਣੇ ਭਰਾ ਦੇ ਖੂਨ ਦਾ ਬਦਲਾ ਲੈਣ ਲਈ ਕਾਨੂੰਨ ਨੂੰ ਆਪਣੇ ਹੱਥ 'ਚ ਲੈਣ ਲਈ ਮਜਬੂਰ ਹੋ ਜਾਵਾਂਗੇ। ਨਹੀਂ, ਤੁਹਾਨੂੰ ਕਾਨੂੰਨ ਨੂੰ ਆਪਣੇ ਹੱਥ ਲੈਣ ਦੀ ਕੋਈ ਲੋੜ ਨਹੀਂ। ਪੁਲਿਸ ਨੇ ਸਾਰੇ ਸ਼ਹਿਰ ਦੀ ਨਾਕਾਬੰਦੀ ਕੀਤੀ ਹੋਈ ਹੈ, ਯਾਰੂ ਹੁਣ ਬਚ ਕੇ ਨਹੀਂ ਜਾ ਸਕਦਾ। ਯਾਰੂ, ਤੇਰੀ ਗ੍ਰਿਫਤਾਰੀ ਲਈ ਤੇ ਪੁਲਿਸ ਨੇ ਪੂਰੇ ਮੁਹੱਲੇ ਦੀ ਨਾਕਾਬੰਦੀ ਕੀਤੀ ਹੈ, ਤੂੰ ਇੱਥੇ ਤੱਕ ਕਿਸ ਤਰ੍ਹਾਂ ਪਹੁੰਚ ਗਿਆ? ਸਾਰੇ ਸ਼ਹਿਰ ਦੀ ਪੁਲਿਸ ਵੀ ਰਲ ਕੇ ਆ ਜਾਏ ਤੇ ਮੇਰਾ ਰਾਹ ਨਹੀਂ ਟੱਕ ਸਕਦੀ। ਅਬਦੁਲ, ਮੈਂ ਪੁਲਿਸ ਨੂੰ ਉਦੋਂ ਤੀਕਰ ਗ੍ਰਿਫਤਾਰੀ ਨਹੀਂ ਦਿਆਂਗਾ ਜਦ ਤੱਕ ਮੇਰੇ ਇੰਤਕਾਮ ਦੀ ਅੱਗ ਨਹੀਂ ਬੁਝ ਜਾਂਦੀ। ਤੂੰ ਦੱਸ, ਮਾਂ ਕਿੱਥੇ ਵੇ? ਜਿਸ ਮਾਂ ਨੂੰ ਤੂੰ ਮਿਲਣ ਆਇਆ ਯਾਰੂ, ਉਹਨੇ ਹੁਣ ਤੇਰੀ ਕਿਸੇ ਗੱਲ ਦਾ ਜਵਾਬ ਨਹੀਂ ਹੋ ਦੇਣਾ। ਸਲੀਮ ਤੇ ਪੀਨੋ ਦੀ ਮੌਤ ਨੇ ਉਹਦੇ ਮੂੰਹ ਤੇ ਚੁੱਪ ਦੇ ਤਾਲੇ ਲਾ ਦਿੱਤੇ ਨੇ। ਅਧਰ ਵੇਖ, ਕਸਮ ਹੈ ਮੈਨੂੰ ਖੁਦਾਏ ਪਾਪ ਦੀ, ਜਦ ਤੱਕ ਮੈਂ ਉਹਨਾਂ ਦੋਵਾਂ ਮਾਸੂਮਾਂ ਦੇ ਖੂਨ ਦੇਖ ਕੇ ਕਤਰੇ ਦਾ ਹਿਸਾਬ ਨਹੀਂ ਲੈ ਲੈਂਦਾ, ਮੈਂ ਆਪਣੀ ਮਾਂ ਨੂੰ ਚਿਹਰਾ ਨਹੀਂ ਵਿਖਾਵਾਂਗਾ। ਆਈ ਜੀ ਸਾਹਿਬ ਨੇ ਸਾਡੀ ਹਿਫਾਜ਼ਤ ਕਰਨ ਲਈ ਕੋਠੀ ਦੇ ਬਾਹਰ ਜਿਹੜੀ ਪੁਲਿਸ ਕਾਰ ਖੜੀ ਕੀਤੀ ਹੋਈ ਹੈ, ਉਹ ਸਾਡੀ ਜਾਨ ਦੀ ਹਿਫਾਜ਼ਤ ਨਹੀਂ ਕਰ ਸਕਦੀ। ਜੇ ਸਾਡਾ ਦੁਸ਼ਮਣ ਯਾਰੂ ਲੱਭਦਾ ਲੱਭਦਾ ਇਸ ਕੋਠੀ ਤੇ ਰੱਪੜ ਗਿਆ ਤੇ ਫਿਰ ਉਹਦੀ ਅੱਖ 'ਚ ਇੰਤਕਾਮ ਦਾ ਖੂਨ ਤੇ ਹੱਥ 'ਚ ਕਾਨੂੰਨ ਵੇਖ ਕੇ ਪੁਲਿਸ ਵਾਲੇ ਖੌਫ ਨਾਲ ਆਪਣਾ ਸਾਹ ਤੇ ਡੱਕ ਸਕਦੇ ਨੇ, ਪਰ ਯਾਰੂ ਦੀ ਰਾਹ ਨਹੀਂ ਡੱਕ ਸਕਦੇ। ਸ਼ਾਬਾਸ਼, ਅੱਜ ਤੂੰ ਜ਼ਿੰਦਗੀ 'ਚ ਪਹਿਲੀ ਵਾਰੀ ਸਿਆਣੀ ਗੱਲ ਕੀਤੀ ਹੈ। ਗੱਲ ਕਮਾਲੇ ਨੇ ਕੀਤੀ ਹੈ ਤੇ ਗੌਰ ਤੂੰ ਕਰ ਲੈ ਲਾਲਾ, ਅਸੀਂ ਆਪਣੀਆਂ ਕਰਤੂਤਾਂ ਦੀ ਵਜ੍ਹਾ ਨਾਲ ਬੰਦਿਆਂ ਨੂੰ ਪਿਆਰੇ ਤਾਂ ਨਹੀਂ ਲੱਗਦੇ, ਕਿਧਰੇ ਯਾਰੂ ਦੇ ਹੱਥੋਂ ਅੱਲਾ ਨੂੰ ਪਿਆਰੇ ਨਾ ਹੋ ਜਾਈਏ। ਬਿਲਕੁਲ ਠੀਕ ਹੈ ਜਗੋ, ਮੇਰੇ ਹਿਸਾਬ ਨਾਲ ਹੁਣ ਇਸ ਮੁਸੀਬਤ ਦਾ ਇੱਕੋ ਹੀ ਹੱਲ ਹੈ। ਉਹ ਕੀ ਲਾਲਾ? ਜਦ ਤੱਕ ਯਾਰੂ ਗ੍ਰਿਫਤਾਰ ਨਹੀਂ ਹੋ ਜਾਂਦਾ ਅਸੀਂ ਇਹ ਸ਼ਹਿਰ ਛੱਡ ਦਿੰਦੇ ਹਾਂ। ਡਰਾਈਵਰਾ,
ਗੱਡੀ ਕਿੱਥੇ ਲਿਆ ਕੇ ਰੋਕ ਦਿੱਤੀ ਆ? ਇਹ ਤੇ ਸਾਡੀ ਮੰਜ਼ਿਲ ਨਹੀਂ। ਇਹ ਹੋਏ ਤੁਹਾਡੀ ਮੰਜ਼ਿਲ ਹੈ ਕਾਤਲੋ, ਬਾਹਰ ਨਿਕਲੋ। ਦੁਸ਼ਮਣੋ, ਖਾਲੀ ਦੋ ਕੁੰਡੇ ਬਾਕੀ ਨੇ। ਜਿਸ ਦਿਨ ਕੁੰਡਿਆਂ ਤੇ ਗੁੰਡਿਆਂ ਦੀ ਗਿਣਤੀ ਮੁੱਕ ਗਈ, ਉਸ ਦਿਨ ਤੁਹਾਡੀਆਂ ਅੱਖਾਂ ਹਮੇਸ਼ਾ ਲਈ ਬੰਦ ਤੇ ਕਬਰਾਂ ਦੇ ਮੂੰਹ ਖੁੱਲ ਜਾਣਗੇ। ਓਏ ਕੀ ਕਹਿ ਰਹੀ ਹੈ ਯਾਰੂ? ਟੈਕਸੀ ਡਰਾਈਵਰ ਨੇ ਮੇਰੇ ਪੰਜ ਭਰਾਵਾਂ ਦਾ ਖੂਨ ਕਰ ਦਿੱਤਾ। ਇਹ ਪਹਿਲੀ ਖਬਰ ਸੁਣਾ ਕੇ ਤੂੰ ਮੇਰਾ ਕਲੇਜਾ ਪਾੜ ਦਿੱਤਾ। ਰੱਬ ਦੀ ਸੌ, ਹੁਣ ਮੈਂ ਆਪਣੇ ਭਰਾਵਾਂ ਦੇ ਖੂਨ ਦਾ ਬਦਲਾ ਲੈਣ ਲਈ, ਕਾਤਿਲ ਦੀ ਤਲਾਸ਼ ਲਈ ਪਾਕਿਸਤਾਨ ਆਵਾਂਗਾ, ਜਾਂ ਫਿਰ ਲਾਸ਼ ਬਣ ਕੇ ਅਗਲੇ ਜਾਨ ਚਲਾ ਜਾਵਾਂਗਾ। ਅਗਲੇ ਜਾਨ ਚਲਾ ਜਾਨ। ਪੰਜ ਭਰਾਵਾਂ ਦੇ ਮਰਨ ਦਾ ਇੰਨਾ ਦੁੱਖ ਨਹੀਂ ਸੀ ਹੋਇਆ ਜਿੰਨਾ ਦੁੱਖ ਸ਼ੇਰਦਿਲ ਤੇਰੀ ਮੌਤ ਦੀ ਖਬਰ ਸੁਣ ਕੇ ਹੋਇਆ ਹੈ। ਐਸ ਪੀ ਸਾਹਿਬ, ਮੈਂ ਆਪਣੇ ਭਰਾ ਸ਼ੇਰਦਿਲ ਦੀ ਮੌਤ ਵੀ ਯਾਰੂ ਦੇ ਖਾਤੇ 'ਚ ਲਿਖ ਦਿੱਤੀ ਹੈ। ਹੁਣ ਮੈਂ ਯਾਰੂ ਦੇ ਸੀਨੇ 'ਚ ਉਨੀਆਂ ਗੋਲੀਆਂ ਮਾਰਾਂਗਾ ਜਿੰਨੇ ਫਾਟੋ ਨੇ ਮੇਰੇ ਸੀਨੇ ਤੇ ਲਾਏ ਨੇ। ਤੁਸੀਂ ਸਿਰਫ ਇਹ ਦੱਸੋ ਕਿ ਸ਼ੇਰਦਿਲ ਦੀ ਲਾਸ਼ ਕਿਸ ਵੇਲੇ ਆਣੀ ਹੈ? ਪੁਲਿਸ ਗਾਰਡ ਦੀ ਹਿਫਾਜ਼ਤ 'ਚ ਸ਼ੇਰਦਿਲ ਦੀ ਲਾਸ਼ ਬਸ ਆਉਣ ਹੀ ਵਾਲੀ ਹੈ। ਤੁਹਾਡੇ ਹਵਾਲੇ ਕਰ ਦਿੱਤੀ ਹੈ, ਹੁਣ ਸਾਨੂੰ ਇਜਾਜ਼ਤ ਦਿਓ। ਰੱਬ ਤੁਹਾਨੂੰ ਸਬਰ ਦੀ ਤੌਫੀਕ ਅਤਾ ਫਰਮਾਏ। Thank you.
शेरदिल तू जिंदा है? जिंदा भी हां ते शर्मिंदा भी। ओए सलाई के पंज भरावां दी मौत तो पहला मैं वतन वापस क्यों नहीं आया? जे मौत दा ड्रामा करके तू जिंदा वापस आई गया है शेरदिल ते फिर तेनु शर्मिंदा नहीं जिंदा बनके यारू दी लाश ते डांटे करने ने। कर देंगा कर देंगा, तू सिर्फ यारू दी शक्ल मैनू वखा, उनु खौफनाक मौत दा चेहरा मैं वखा देंगा। तेनु यारू दा चेहरा भी वखावंगा, ते कानून दे सामने तेरा चेहरा भी बदल देंगा। इसलिए कि कानून ने तेरे लिए गोली दा ऑर्डर कीता सी, इस तो पहला कि कानून तेरे तक अपड़ जाए, मैं जानवा तो त्रिलोटी दी गोली पड़ के यारू दे सीने च उतर जाओ। पहली खबर है वे यारू कि मियां ताश ने अपने अंग्रेज दोस्त डगलस नु खुश करन लई गोल्डन क्लब विच बड़ी वड्डी दावत इंतजाम कीता है। दूजी खबर है वे कि उस दावत नु जश्न बनाने दा बंदोबस्त मैं कीता है।
ਸਾਹਿਬ ਜਾਂ ਸ਼ਹਿਜ਼ਾਦੀਏ ਅਸੀਂ ਹੁਣ ਬਹੁਤੀ ਦੇਰ ਇੰਤਜ਼ਾਰ ਨਹੀਂ ਕਰ ਸਕਦੇ ਯਾਰੂ ਤੂੰ ਯਾਰੂ ਨਹੀਂ ਓਏ ਮਾਤਾ ਇੰਤਕਾਮ ਬਦਲਾ ਮੇਰਾ ਹੱਸਦਾ ਵਸਦਾ ਘਰ ਉਜਾੜਾ ਨਾ ਲਿਓ ਹੁਣ ਮੇਰੇ ਸਬਰ ਤੇ ਸੱਤਵੀਂ ਕਬਰ ਚ ਇੱਕ ਕੁੰਡੇ ਦਾ ਫਾਸਲਾ ਰਹਿ ਗਿਆ ਸਿਰਫ ਇੱਕ ਕੁੰਡੇ ਦਾ ਆਖਰੀ ਫੱਟ ਸੀ ਜਿਹੜਾ ਯਾਰੂ ਨੇ ਮੇਰੇ ਸੀਨੇ ਤੇ ਲਾਇਆ ਹੈ ਮੈਨੂੰ ਕਸਮ ਹੈ ਮੇਰੇ ਭਰਾਵਾਂ ਦੀ ਹੁਣ ਉਦੋਂ ਤੱਕ ਇਸ ਸ਼ਹਿਰ ਦਾ ਪਾਣੀ ਮੇਰੇ ਤੇ ਹਰਾਮ ਹੈ ਜਦੋਂ ਤੱਕ ਮੈਂ ਯਾਰੂ ਦੀ ਸ਼ਹਿਰ ਰਗਦਾ ਖੂਨ ਨਹੀਂ ਪੀ ਜਾਂਦਾ ਮਾਂ ਜੀ ਅਸਲਾਮ ਵਾਲੇਕੁਮ ਨਹੀਂ ਵਾਲੇਕੁਮ ਸਲਾਮ ਤੀਵੀਆਂ ਦੀ ਚਾਨਣੀ ਚ ਤੈਨੂੰ ਕਬਰ ਚ ਆਪਣੇ ਸੁੱਤੇ ਹੋਏ ਪੁੱਤਰ ਦੀ ਸ਼ਕਲ ਨਜ਼ਰ ਨਹੀਂ ਆਏਗੀ ਪਰ ਤੂੰ ਫਿਕਰ ਨਾ ਕਰ ਮੈਂ ਤੇਰੇ ਨਾਲ ਵਾਅਦਾ ਕਰਨਾ ਵਾਂ ਕਿ ਮੈਂ ਤੇਰੀ ਮੁਸ਼ਕਿਲ ਆਸਾਨ ਕਰ ਦਿਆਂਗਾ ਤੈਨੂੰ ਤੇਰੇ ਪੁੱਤਰ ਦੇ ਕੋਲ ਪਹੁੰਚਾ ਦਿਆਂਗਾ ਤੇ ਤੇਰੇ ਜਨਾਜ਼ੇ ਨੂੰ ਕੰਧਾ ਦੇਣ ਲਈ ਯਾਰੂ ਜ਼ਰੂਰ ਆਏਗਾ ਹਜ਼ਰਾਤ ਯਾਰੂ ਦੀ ਮਾਂ ਦਾ ਜਨਾਜ਼ਾ ਚੁੱਕਣ ਦਾ ਵਕਤ ਹੋ ਗਿਆ ਏ ਸਭ ਮਾਲੇਦਾਰਾਂ ਅੱਗੇ ਦਰਖਾਸਤ ਏ ਕਿ ਉਹ ਯਾਰੂ ਦੀ ਮਾਂ ਦੇ ਜਨਾਜ਼ੇ ਨੂੰ ਕੰਧਾ ਦੇਣ ਵਾਸਤੇ ਤਸ਼ਰੀਫ ਲੈ ਆਉਣ ਸੁਣੋ ਇਹ ਮਹੱਲੇ ਵਾਲਿਓ ਜਿਹਨੇ ਵੀ ਮੇਰੇ ਦੁਸ਼ਮਣ ਯਾਰੂ ਦੀ ਮਾਂ ਦੇ ਜਨਾਜ਼ੇ ਨੂੰ ਕੰਧਾ ਦਿੱਤਾ ਉਹਦਾ ਸੀਨਾ ਗੋਲੀਆਂ ਨਾਲ ਛਲਨੀ ਕਰ ਦਿਆਂਗਾ ਉਹ ਆਪਣਾ ਆਪਣਾ ਕਫਨ ਨਾਲ ਲੈ ਕੇ ਆਵੇ ਇਸ ਲਈ ਕਿ ਮੇਰੇ ਸਿਰ ਤੇ ਖੂਨ ਸਵਾਰੇ ਖੂਨ ਸਵਾਰੇ ਮੌਲਵੀ ਸਾਹਿਬ ਤੁਸੀਂ ਕਿੱਥੇ ਚੱਲੇ ਹੋ ਇਹ ਜਨਾਜ਼ਾ ਕੌਣ ਪੜਾਏਗਾ ਸਾਡੇ ਮਜ਼ਹਬ ਵਿੱਚ ਖੂਨ ਖਰਾਬਾ ਹਰਾਮ ਹੈ ਜਨਾਜ਼ਾ ਪੜਾਉਣ ਤੋਂ ਪਹਿਲਾਂ ਆਪਣੀ ਜਾਨ ਬਚਾਉਣਾ ਜ਼ਰੂਰੀ ਹੈ ਓਏ ਬੁਜ਼ਦਿਲੋ ਓਏ ਜਨਾਜ਼ਾ ਚੁੱਕਣ ਲਈ ਚਾਰ ਬੰਦੇ ਚਾਹੀਦੇ ਨੇ ਤੇ ਮੈਂ ਇਕੱਲਾ ਵਾ ਜੇ ਅੱਜ ਯਾਰੂ ਦੀ ਮਾਂ ਦਾ ਜਨਾਜ਼ਾ ਲੈ ਚੁੱਕਿਆ ਗਿਆ ਤੇ ਕਿਹੜਾ ਬੁਜ਼ਦਿਲ ਖੁਦਾ ਤੁਹਾਨੂੰ ਕਦੀ ਮਾਫ ਨਹੀਂ ਕਰੇਗਾ ਕਦੀ ਮਾਫ ਨਹੀਂ ਕਰੇਗਾ ਜੇ ਕਦੀ ਮਾਫ ਨਹੀਂ ਕਰੇਗਾ ਮੌਤ ਦਾ ਇੱਕ ਦਿਨ ਮੁਕਰਰ ਹੈ ਅਬਦੁਲ ਤੇਰੇ ਨਾਲ ਮੈਂ ਵੀ ਜਨਾਜ਼ਾ ਚੁੱਕਾਂਗਾ ਓਏ ਜਨਾਜ਼ਾ ਚੁੱਕਣ ਲਈ ਦੋ ਬੰਦਿਆਂ ਦੀ ਜ਼ਰੂਰਤ ਹੈ ਓਏ ਖੁਦਾ ਦਾ ਵਾਸਤਾ ਜੇ ਜਨਾਜ਼ੇ ਨੂੰ ਕੰਧਾ ਦੇਣ ਲਈ ਦੋ ਬੰਦੇ ਹੋਰ ਆ ਜਾਓ ਓਏ ਦੋ ਬੰਦੇ ਹੋਰ ਆ ਜਾਓ ਖੁਦਾ ਦਾ ਵਾਸਤਾ ਜੇ ਕੋਈ ਗੱਲ ਨਹੀਂ ਅਬਦੁਲ ਚੱਲ ਜਨਾਜ਼ਾ ਅਸੀਂ ਤੈਨੂੰ ਹੀ ਚੁੱਕ ਲੈਂਦੇ ਹਾਂ ਯਾਰੂ ਤੂੰ ਆ ਗਿਆ ਮਾਂ ਦਾ ਜਨਾਜ਼ਾ ਪਿਆ ਹੋਏ
ते पुत्र ना आवे किवें हो सकता है। पर यारू मैं तेरे हर सवाल का जवाब बाद च देंगा, पहला जनाजा चुको, मैं अपनी मां नू मंजिल ते पुचा के आना। खबरदार कुत्ते, जे तू हुण गोली चलाई ते मैं तेरा सीना छानी कर देंगी। यारू तू मां दा जनाजा लेके कब्रिस्तान पहुंच, है तरिंदे दी राह मैं ढकांगी। जो मैं सोच भी नहीं सकता वो हो गया। तू आके इथे या मैं कोई ख्वाब देख रहा मां, जे तेरी कोई आखिरी ख्वाहिश है ते दस पूरी कर देगा। ऐ रब ने आखिरी दुश्मन दे शक्ल वखा के मेरी आखिरी ख्वाहिश पूरी कर देती है। सत कुंडिया सत गुंडे पूरे हो गए ने, पर अजे मेरा इंतकाम पूरा नहीं होया। अज ताड़े जुर्मा दा फैसला मेरी अदालत करेगी। मैं जानना वा कानून भी ताड़े जे बदमाशा दा कुछ नहीं बगाड़ सकता। ताड़े गुनावा दी स्याही ते बेगुनाही दे परते पै जांदे ने, पर मेरी अदालत मेरी। अज ना इत्थे वर्दी वाला सिपाही आएगा, ना झूठी गवाही आएगी। अज ना तुहाडे नोट बोलणगे, ना काले कोट बोलणगे। अज सिर्फ बेगुनावां दा खून बोलेगा। खुदा दा बनाया होया कानून बोलेगा, ते खुदा दा बनाया होया कानून वे खून दा बदला खून खून। बुजदिली की मौत दिती है ते तू तू शेर दिले
तेनू शेर दी मौत मारांगा। कटहरे जा जाए। ओए यारू, मैं ते उस असली जज दा हुकुम नहीं सी मनिया जिन्हें मैंने मौत की सजा सुनाई सी। तू ते नकली जज, नकली तेरी अदालत भी झूठी। शेर दिल नू आजाद की तई हुण वेख ये शेर तेरा शिकार किस तरह करता है। सारिया लाशा पोस्टमार्टम भी पहुंचा दियो। दवानू एक हथकड़ी ला के ले चलो। पीछा करो इन्हों का। ऐसा फैसला तू नहीं, मैं करूंगा। इसलिए मैनू सच खून माफ नहीं।